ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਕੋ ਸਮਝਾਏ, ਇਸ ਮਨ ਕੋ ਸਮਝਾਏ, ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੇ, ਇਹ ਮਨ ਆਲਸ ਕਿਆ ਕਰੇ, ਇਹ ਮਨ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ। ਬੜਾ ਕੁਝ ਮਿਲੂ ਨਾਨਕ ਪਾਵੋ ਸੋਖ ਨੇਰੇ। ਅੱਜ ਦੇ ਅੰਮ੍ਰਿਤਮਈ ਹੁਕਮਨਾਮੇ ਚ ਸਰਕਾਰ ਨੇ ਹਰ ਗੁਣ ਗਾਵੋ ਸਦਾ ਸੋ ਭਾਈ, ਸੋ ਭਾਈ ਭਾਈ ਨਹੀਂ ਸੋ ਭਾਈ, ਮੇਰੇ ਚੰਗਿਓ ਭਰਾਓ, ਚੰਗੇ ਹੀ ਹੋ ਅਤੇ ਸਤਸੰਗਤ ਵਿੱਚ ਆ ਗਏ ਹੋ, ਸਹੀ ਸੁੰਦਰ ਸੋਹਣੇ ਸਤਸੰਗ ਜਿਨ ਬਹਿਣੇ ਆ, ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ, ਸੋਹਣੇ ਹੋ ਤਾਂ ਸਤਸੰਗਤ ਵਿੱਚ ਆ ਗਏ ਹੋ ਅਤੇ ਗੁਰੂ ਨੇ ਚੰਗੇ ਭਰਾ ਕਹਿ ਕੇ ਆਵਾਜ਼ ਮਾਰੀ। ਆਖੋ ਵਾਹਿਗੁਰੂ, ਹਰ ਗੁਣ ਗਾਓ ਸੋਹਣੇ ਸੋਹਣਿਆ ਭਰਾਓ, ਹਰੀ ਦੇ ਗੁਣ ਗਾਓ। ਜਿਤਨਾ ਕੋਈ ਬੰਦਾ ਕੰਮ ਕਰੇ ਕਹਿੰਦੇ ਤੂੰ ਇੱਥੇ ਦਿਹਾੜੀ ਲਾ, ਆਖੋ ਵਾਹਿਗੁਰੂ, ਉਹਦਾ ਕੁਐਸਚਨ ਹੁੰਦਾ ਮੈਨੂੰ ਮਿਲੂਗੀ। ਜਦੋਂ ਕੋਈ ਬੰਦਾ ਕਿਸੇ ਕਿਰਤ 'ਤੇ ਲੱਗਦਾ ਦਿਹਾੜੀ ਲਈ, ਉਹਨੂੰ ਆਪਾਂ ਕਹਿੰਦੇ ਇੱਥੇ ਮੇਰੀ ਦਿਹਾੜੀ ਲਾਉਂਦੇ ਆ, ਉਹ ਕੀ ਕਹਿੰਦਾ? ਮੇਰਾ ਬਾਪੂ ਕਹਿੰਦਾ ਇੱਕ ਮਨ ਕਹਿੰਦੇ ਸਗਲੇ ਫਲ ਪਾਓ, ਮਨ ਚਿੰਦੇ ਜਿਹੜੀਆਂ ਤੇਰੇ ਮਨ ਦੇ ਫੁਰਨੇ ਨੇ, ਜਿੰਨੇ ਤੇਰੇ ਫਲ ਨੇ ਉਹ ਤੇਰੀ ਝੋਲੀ 'ਚ ਪੈਣਗੇ, ਬਿਸ਼ਰਤੇ ਬਿਸ਼ਰਤੇ ਵੀ ਤੂੰ ਗੁਣ ਗਾਵੇਂ। ਹੋਰ ਸਾਰਿਆਂ 'ਤੇ ਕਾਂਟਾ ਜੇ, ਆਖੋ ਵਾਹਿਗੁਰੂ, ਹੋਰ ਸਾਰਿਆਂ 'ਤੇ ਅਵਰ ਕਿਰਿਆ ਬੋਲੋ, ਕਿਰਿਆ ਬਣੇ ਕੰਮ, ਅਵਰ ਕਿਰਿਆ ਸਭ ਬਿਰਥੇ ਬੋਲਦਾ ਹਾਂ ਭਲਾ, ਸਾਰੇ ਕੰਮ ਵਿਅਰਥ ਹੈ, ਕਰੀ ਮਿਨਾ ਸਮਾਂ ਮਿਨਾ ਬਰਬਾਦ ਕਰੀ। ਤੇਰੀ ਜ਼ਿੰਦਗੀ ਦਾ ਇੱਕ ਇੱਕ ਪੈਸਾ ਬੜਾ ਕੀਮਤੀ, ਪੈਸਾ ਮੈਨੂੰ ਸਵਾਸ, ਆਖ ਵਾਹਿਗੁਰੂ,
ਵੇਸਟ ਅਤੇ ਪੈਸਾ ਨਾ ਖਰਚੇ। ਵੇਖੋ ਤੁਸੀਂ ਰੋਜ਼ ਸਤਸੰਗਤ ਵਿੱਚ ਆਉਂਦੇ ਅਤੇ ਮੇਰਾ ਗੁਰੂ ਉਪਦੇਸ਼ ਕਰਦਾ ਹੈ ਤੁਹਾਨੂੰ, ਮੈਂ ਸੱਜਣੋ ਮਿੱਤਰੋ ਟਿਕਾਣੇ ਦੀ ਗੱਲ ਕਹਾਂ, ਗੁਰੂ ਕਹਿੰਦਾ ਹੈ ਤੇਰੇ ਸਵਾਸ ਬੜੇ ਕੀਮਤੀ ਨੇ ਅਤੇ ਇਹਨੂੰ ਐਵੇਂ ਨਾ ਖਰਚੋ। ਅਤੇ ਹੱਟੜੇ ਬਾਜ਼ਾਰ ਕਿਹਨੂੰ ਕਿਹਨੂੰ ਆਉਂਦੀ ਬਾਣੀ, ਅਤੇ ਹੱਟੜੇ ਧਰਤ ਪਤਾਲ ਆਕਾਸ਼ ਰਜੋ ਤਮੋ ਸਤੋ, ਤਿੰਨ ਤਰ੍ਹਾਂ ਦੇ ਸੱਜੇ ਹੋਏ ਬਾਜ਼ਾਰ ਵਿੱਚ ਸੌਦਾ ਕਰਨ ਵਣਜਾ ਰਿਹਾ ਵਪਾਰੀ। ਆਪਾਂ ਜਿੰਨੇ ਜੀ ਹਾਂ ਨਾ ਭਾਗਾਂ ਵਾਲੇ, ਉਹ ਬਾਣੀ ਆਪ ਪੜ੍ਹਿਆ ਕਰੋ। ਰੋਜ਼ ਰੋਜ਼ ਹੱਥ ਤੁਹਾਨੂੰ ਜੋੜਦਾ, ਬਾਣੀ ਖੁਦ ਪੜ੍ਹੋ। ਜਿਹੜੇ ਅਨਪੜ੍ਹ ਨੇ ਉਹ ਵਾਹਿਗੁਰੂ ਦਾ ਨਾਮ ਜਪੋ, ਬਸ ਆਖੋ ਵਾਹਿਗੁਰੂ, ਆਪ ਪੜ੍ਹੋ ਬਾਣੀ, ਫਿਰ ਪਤਾ ਲੱਗੂ ਵੀ ਤਿੰਨਾਂ ਭਵਨਾਂ ਦੇ ਇਸ ਬਾਜ਼ਾਰ ਵਿੱਚ ਅਸੀਂ ਜਿੰਨੇ ਹਾਂ ਅਸੀਂ ਬਣ ਜਾ ਰਹੇ ਹਾਂ। ਜੇਤੇ ਜੀ ਆਉਂਦੀ ਬਾਣੀ, ਜੇਤੇ ਜੀ ਜਿੰਨੇ ਜੀਵ ਨੇ, ਬੀਬੀਆਂ ਬੱਚੇ ਗੁਰਮੁਖ ਪਿਆਰੇ, ਇਹ ਸਾਰੇ ਕੀ ਨੇ, ਵਪਾਰੀ, ਵਪਾਰੀ ਨੇ, ਵਪਾਰੀ ਅਤੇ ਵਪਾਰ ਕਰਨਾ ਹੈ। ਹੁਣ ਇੱਕ ਵਪਾਰੀ ਸੌਂ ਜਾਏ ਅਤੇ ਉਹਦੀ ਕਹਾਣੀ ਵੀ ਇਸ ਤਰ੍ਹਾਂ ਦੀ ਹੋਵੇ ਵੀ ਭਾਵੇਂ ਸੌਂ ਜੀ ਅਤੇ ਭਾਵੇਂ ਜਾਗ ਪਈ, ਤੇਰੀ ਜੇਬ ਵਿੱਚੋਂ ਪੈਸੇ ਆਟੋਮੈਟਿਕਲੀ ਖਰਚਾਉਂਦੇ ਰਹਿਣੇ ਆ। ਆਖੋ ਵਾਹਿਗੁਰੂ। ਇੱਕ ਆਮ ਵਪਾਰੀ ਦੁਨੀਆ ਦੇ ਉੱਤੇ ਜਾਂਦਾ, ਉਹ ਸੌਂ ਜਾਂਦਾ ਹੈ ਰਾਤ ਨੂੰ 12 ਘੰਟੇ, ਸ਼ਾਮ ਦੇ 6 ਵਜੇ ਤੋਂ ਸਵੇਰ ਦੇ 6 ਵਜੇ ਤੱਕ ਉਹਦੀ ਜੇਬ ਵਾਲੇ ਪੈਸੇ ਖਰਚ ਨਹੀਂ ਹੁੰਦੇ। ਜੇਬ ਵਾਲੇ ਪੈਸੇ ਜਿਹੜੇ ਆ ਜੇਬ 'ਚ ਪਾ ਕੇ ਵਪਾਰ ਕਰਨ ਗਿਆ, ਉਹ ਜੇ 500 ਪਾ ਕੇ ਸੁੱਤਾ ਤਾਂ ਸਵੇਰੇ 500 ਹੀ ਹੈ। ਮਗਰ ਸੱਜਣਾ ਇਹ ਪੈਸੇ ਕੱਢਦੇ ਰਹਿਣੇ ਆ। ਜਿਸ ਤਰ੍ਹਾਂ ਇੱਕ ਹੋਟਲ ਵਿੱਚੋਂ ਪੈਸੇ ਖਤਮ ਹੋ ਜਾਣ ਅਤੇ ਕੰਨੋਂ ਫੜ ਕੇ ਬਾਹਰ ਕੱਢ ਦਿੰਦੇ, ਇਸ ਦੇਹ ਦਾ ਕਿਰਾਇਆ ਵੀ ਜਿੱਦਣ ਤੇਰੇ ਕੋਲ ਨਾ ਹੋਇਆ ਸਵਾਸਾਂ ਦਾ, ਇਹਨਾਂ ਫੜ ਕੇ ਦੇਹ ਦੇ ਵਿੱਚੋਂ ਬਾਹਰ ਕੱਢ ਦਿੰਦਾ, ਤੂੰ ਕਿਉਂ ਨਹੀਂ ਸਮਝਦਾ ਇਹ ਗੱਲ? ਅੱਖ ਵਾਹਿਗੁਰੂ। ਛਿਨ ਛਿਨ ਔਦ ਵਿਹਾਤ ਹੈ, ਜਿਸ ਤਰ੍ਹਾਂ ਇੱਕ ਘੜੇ ਵਿੱਚੋਂ ਪਾਣੀ ਮੁੱਕਦਾ ਜਾਂਦਾ ਹੈ, ਬਹਿਤੀ ਜਾਤ ਕਦੀ ਧਿਆਨ ਰੱਖਿਆ ਹੀ ਵੀ ਰੋਜ਼ ਦੇ ਮੁੱਕ ਰਹੇ ਨੇ। ਨਦੀ ਜਿਸ ਤਰ੍ਹਾਂ ਪਾਣੀ ਗਾਂ ਦਾ ਗਾਂ ਗਾਂ ਦਾ ਗਾਂ ਗਾਂ ਦਾ ਤਰ ਮੋੜ ਲਿਆਏਗਾ, ਆਖੋ ਵਾਹਿਗੁਰੂ, ਡੱਗਾ ਲਾ ਕੇ ਦੁਬਾਰਾ ਲਿਆਏਗਾ। ਜਿਹੜਾ ਅੱਜ ਦਾ ਦਿਨ ਹੈ, ਜੋ ਦਿਨ ਆਵੇ ਸੋ ਦਿਨ ਜਾਈ ਕਰਨਾ ਕੂਚ। ਵੇਖੋ ਇੱਕ ਹੁੰਦਾ ਬਾਣੀ ਨਾਲ ਰਟਨ ਕਰਨੀ ਵੀ ਖਾਲਸਾ ਜੀ ਨੇ ਬੋਲਿਆ ਮੈਂ ਵੀ ਨਾਲ ਬੋਲਦਾ, ਇੱਕ ਹੁੰਦਾ ਮਹਿਸੂਸ ਕਰਨਾ ਵੀ ਜੋ ਮੇਰਾ ਕੱਲ੍ਹ ਦਿਨ ਸੀ ਅੱਜ ਨਹੀਂ। ਆਖੋ ਵਾਹਿਗੁਰੂ। ਜੇਤੇ ਜੀ ਤੇਤੇ ਬਣ ਜਾ ਰਹੇ, ਜਿੰਨੇ ਅਸੀਂ ਭੈਣਾਂ ਭਰਾ ਗੁਰਮੁਖ ਪਿਆਰੇ ਬੈਠੇ ਹਾਂ, ਅਸੀਂ ਸਾਰੇ ਵਪਾਰੀ ਹਾਂ ਅਤੇ ਵਪਾਰ ਕਰਨ ਆਏ ਹਾਂ। ਆਖੋ ਵਾਹਿਗੁਰੂ। ਸਾਹਿਬ ਜੀ ਕਹਿੰਦੇ ਤਿੰਨਾਂ ਭਵਨਾਂ ਦੇ ਇਸ ਬਾਜ਼ਾਰ ਵਿੱਚ ਧਰਤ ਪਤਾਲ ਆਕਾਸ਼ ਵਿੱਚ ਸੌਦਾ ਕਰਨ ਵਣਜਾਰੇ ਵਪਾਰੀ ਸੌਦਾ ਕਰਦੇ, ਇਹਨਾਂ ਸਾਰਿਆਂ ਨੇ ਥੈਲੇ 'ਤੇ ਭਰੇ। ਹਰ ਬੰਦਾ ਜਦੋਂ ਬਾਜ਼ਾਰ 'ਚ ਜਾਂਦਾ ਹੈ ਕਹਿੰਦਾ ਮੇਰੇ ਹੱਥ 'ਚ ਥੈਲਾ ਨਾ ਹੋਇਆ, ਮੇਰੇ ਹੱਥ 'ਚ
ਅਤੇ ਕੌਣ ਕਹੂ ਤੂੰ ਵਪਾਰ ਕਰਕੇ ਆਇਆ, ਕੌਣ ਕਹੂ, ਕੌਣ ਮੰਨੂ ਵੀ ਤੂੰ ਗਿਆ ਸਾਂ ਵਪਾਰ ਕਰਨ ਅਤੇ ਕੋਈ ਚਾਰ ਪੈਸੇ ਖਰਚ ਕੇ ਵਪਾਰ ਕਰਕੇ ਆਇਆ। ਉਹਦੇ ਹੱਥ ਵਿੱਚ ਕੋਈ ਥੈਲਾ, ਕੋਈ ਥੈਲਾ, ਕੋਈ ਹੋਰ ਚੀਜ਼ ਹੁੰਦੀ ਵੀ ਇਹ ਕੁਝ ਖਰੀਦ ਕੇ ਆਇਆ। ਬਾਪੂ ਕਹਿੰਦਾ ਉਹਨੇ ਅੱਜ ਕੱਲ੍ਹ ਖੁੱਲ੍ਹੇ ਤੇਰੀ ਗੱਲ ਲਈ, ਉਹ ਸਾਈਂ ਦੇ ਦਰਬਾਰ ਵਿੱਚ ਉਹਨਾਂ ਕਹਿਣਾ ਰੱਖ ਇੱਥੇ ਕਾਊਂਟਰ 'ਤੇ, ਤੇਰੇ ਥੈਲੇ 'ਚ ਕੀ ਹੈ, ਕੀ ਵਪਾਰ ਕਰਕੇ ਆਇਆ, ਸਮਝ ਲੱਗ ਰਹੀ ਜੀ, ਕੀ ਵਪਾਰ ਕਰਕੇ ਆਇਆ। ਕਹੋ ਨਾਨਕ ਸਮਝ ਰਹੇ ਇਹ ਆਣੇ, ਕਹੋ ਨਾਨਕ ਹੇ ਇਆਣੇ ਜੀਵ ਇਹ ਗੱਲ ਸਮਝ ਕੇ, ਆਜ ਕੱਲ ਖੁੱਲ੍ਹੇ ਤੇਰੀ ਗੰਠਲੀ, ਅਤੇ ਇੱਕ ਇੱਕ ਛਿਨ ਦੀ, ਇਹ ਨਹੀਂ ਵੀ ਹੁਣ ਸਤਸੰਗਤ 'ਚ ਬੈਠਾ ਹੈ ਅਤੇ ਚੰਗੇ ਫੁਰਨੇ ਨੇ, ਜੇ ਇਹ ਜਮ੍ਹਾਂ ਹੋਏ ਆ ਨਾ ਅਤੇ ਜੋ ਬਾਹਰ ਕਰਦਾ ਹੈ ਉਹ ਵੀ ਜਮ੍ਹਾਂ ਨੇ। ਆਖੋ ਵਾਹਿਗੁਰੂ। ਤੁਸੀਂ ਅੱਜ ਤੋਂ ਚੌਪਈ ਸਾਹਿਬ ਪੜ੍ਹਦੇ ਹੋ ਘੱਟ ਘੱਟ ਕੇ, ਅਤੇ ਅੱਗੇ ਦੋ ਕਰੈਕਟਰ ਲਿਖੇ ਨੇ, ਅਤੇ ਤੁਸੀਂ ਚਾਹੁੰਦੇ ਹੋ ਵੀ ਸਤਸੰਗਤ ਵਾਲੇ 'ਤੇ ਜਮ੍ਹਾਂ ਕਰ ਲਾ। ਇਹ ਤਾਂ ਮੇਰੀ ਫੋਟੋ ਬਣਾ ਕੇ ਆਪਣੇ ਕੋਲ ਰੱਖ ਲਾ ਵੀ ਮੈਂ ਸਵੇਰੇ ਨਾਤਾ ਧੋਤਾ ਸਾਂ, ਗੁਰਮੁਖ ਬਣ ਕੇ ਸਤਸੰਗਤ ਵਿੱਚ ਗਿਆ ਸਾਂ। ਅੱਗੇ ਬੁਰੇ ਦੀ ਵੀ ਲਿਖਿਆ ਹੈ, ਤੇਰੇ ਉਹ ਘੜੀਆਂ ਵੀ ਜਿਹੜੀਆਂ ਤੂੰ ਚੁਗਲੀ 'ਚ ਗੁਜ਼ਾਰਦਾ ਹੈ, ਨਿੰਦਾ ਵਿੱਚ ਗੁਜ਼ਾਰਦਾ ਹੈ, ਈਰਖਾ ਵਿੱਚ ਗੁਜ਼ਾਰਦਾ ਹੈ, ਉਹ ਵੀ ਉਹਦੇ ਕੋਲ ਸਟੋਰ ਨੇ, ਉਹ ਵੀ ਚੈੱਕ ਹੋਣੀ ਆ। ਭਲੇ ਬੁਰੇ ਕੀ ਇਹ ਪਛਾਣ ਤੂੰ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਇਹ ਭਾਵਨਾ ਹੁੰਦੀ ਵੀ ਸਤਸੰਗਤ ਵਾਲਾ ਮੂੰਹ 'ਤੇ ਰਹਿ ਜੇ, ਮਗਰ ਜਿਹੜਾ ਮੈਂ ਚੁਗਲੀ ਕਰਦਾ, ਨਿੰਦਾ ਕਰਦਾ, ਵਰਾਛਾਂ ਪਾੜ ਪਾੜ ਕੇ, ਉਹ ਨਾ ਦਿਸੇ। ਨਾ ਨਾ ਉਹਨੇ ਦੋਵੇਂ ਫੋਟੋ ਰੱਖੀਆਂ। ਆਖੋ ਵਾਹਿਗੁਰੂ। ਉਹਨੇ ਦੋਨੋਂ ਫੋਟੋ ਰੱਖੀਆਂ। ਸੱਚ ਵੱਖਰ ਜਿਹਨੇ ਲੱਦਿਆ, ਲੱਦਿਆ ਤਾਂ ਸਹੀ ਗੱਡਿਆਂ 'ਤੇ, ਮਗਰ ਸੱਚ ਦਾ ਸੌਦਾ। ਸੱਚ ਵੱਖਰ ਜਿਹਨੇ ਲੱਦਿਆ, ਨਹੀਂ ਨਹੀਂ ਉਹ ਨਾ ਕਹੋ। ਸੇ ਸੱਚੜੇ ਪਾਸਾਰ, ਉਹ ਸੱਚੇ ਵਪਾਰੀ ਨੇ ਜਿਨ੍ਹਾਂ ਦੇ ਥੈਲੇ 'ਚ ਸੱਚ ਸੌਦਾ ਕੀਤਾ। ਸੱਚ ਸੱਚ ਵੱਖਰ ਜਿਹਨੇ ਲੱਦਿਆ, ਲੱਦਿਆ ਲੱਦਿਆ ਗੱਡੀ 'ਤੇ। ਕੱਲ੍ਹ ਪਰਸੋਂ ਹੀ ਮੈਂ ਅੱਗੇ ਵੀ ਆਪ ਜੀ ਨੂੰ ਕਿਹਾ ਸੀ, ਇੱਕ ਬੜਾ ਮਹਾਨ ਮਰਦ ਪੈਦਾ ਹੋਇਆ ਭਗਤ ਰਵਿਦਾਸ, ਜਿਹੜਾ ਆਪਣੀ ਡੈਰੀ 'ਚ ਲਿਖਦਾ, ਆਪਣੀ ਬਾਣੀ 'ਚ ਲਿਖਦਾ, ਮੈਂ ਰਾਮ ਨਾਮ ਧਨ ਲਾਦੀ ਆ, ਲੋਕੋ ਮੇਰੇ ਗੱਡੇ ਦੇ ਉੱਤੇ ਕੂੜਾ ਨਹੀਂ, ਇਹ ਸਾਡੇ ਆ, ਵਿਖ ਲਾਦੀ। ਸਤਸੰਗਤ ਵਿੱਚ ਆਣ ਕੇ ਵੀ ਹੋ ਸਕਦਾ ਸੀ ਵਿਖ ਬਿਹਾਜੇ ਵਿਖ ਸੰਗਰੇ, ਇੱਥੇ ਵੀ ਜ਼ਹਿਰ ਵੇਖਦੇ ਹੋਈਏ। ਗੁਰੂ ਰਹਿਮਤ ਕਰੇ ਜਿਹੜਾ ਬੰਦਾ ਸਤਸੰਗ 'ਚ ਆਉਂਦਾ ਹੈ, ਗੁਰੂ ਉਹਦੇ 'ਤੇ ਆਪਣੀ ਕਲਾ ਵਰਤਾ ਕੇ ਉਹਨੂੰ ਸਤਸੰਗੀ ਬਣਾਵੇ। ਸਤਸੰਗੀ ਦਾ ਮਤਲਬ ਹੁੰਦਾ ਸੱਤ ਦੀ ਸੰਗਤ ਵਿੱਚ, ਉਹਦੀ ਸੁਰਤ ਸੱਚ ਵਿੱਚ ਜੁੜੇ। ਆਖੋ ਵਾਹਿਗੁਰੂ। ਸਾਹਿਬ ਜੀ ਕਹਿੰਦੇ ਸੱਚ ਵੱਖਰ ਜੀ ਨਹੀਂ ਲੱਦਿਆ ਸੇ ਸੱਚੜੇ ਪਸਾ। ਤੁਸੀਂ ਰੋਜ਼ ਕਹਿੰਦੇ ਹੋ ਵਣਜ ਕਰੋ, ਵੱਖਰ ਲਿਓ, ਸਮਾਲ ਚੇਤੇ ਕਰਿਓ, ਬਾਜ਼ਾਰ ਜਾਣ ਕੇ ਚੇਤਾ ਨਾ ਭੁੱਲ ਜਾਏ। ਅਕਸਰ ਜਿਹੜੇ ਲੋਕ ਬਹੁਤ ਉਲਝੇ ਹੁੰਦੇ ਆ, ਘਰੋਂ ਲੈਣ ਕੁਝ ਜਾਂਦੇ ਆ ਅਤੇ ਉੱਥੇ ਜਾ ਕੇ ਚੇਤਾ ਭੁੱਲ ਜਾਂਦਾ ਵੀ ਅਸੀਂ ਲੈਣ ਕੀ ਆਏ ਹਾਂ। ਸੇਮ ਸਟੋਰੀ ਸਾਡੀ ਆ,
ਚੰਗੀ ਤਰ੍ਹਾਂ ਪਕੜਿਓ। ਸੇਮ ਸਟੋਰੀ ਸਾਡੀ ਜੀਆਂ ਦੀ ਆ, ਪ੍ਰਾਣੀ ਤੋਂ ਆਹਾ ਆਇਓ ਲਾਹ ਲੈਣ, ਮਗਰ ਅੱਗੇ ਨਾਲ ਹੀ ਲੱਗਿਆ, ਲੱਗਾ ਕਿੱਤ ਝੂਠੇ ਕੰਮਾਂ 'ਚ, ਕੁਫੱਕੜੇ ਕੁਫਰ ਝੂਠ ਕੁਫੱਕੜੇ ਕੁਫਰ ਤੋਂ ਬਣਿਆ ਸ਼ਬਦ, ਲੱਗਾ ਹੀ ਕਿੱਤ। ਅਤੇ ਤੈਨੂੰ ਇੰਨਾ ਵੀ ਨਹੀਂ ਚੇਤਾ ਵੀ ਤੂੰ ਤਾਂ ਕਹਿੰਦਾ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ੍ਹ ਕਰ ਲਾਂਗੇ, ਕੱਲ੍ਹ ਤਾਂ ਉੱਠਣਾ ਸ਼ੁਰੂ ਕਰ ਦਾਂਗੇ। ਮੇਰਾ ਸਤਿਗੁਰੂ ਕਹਿੰਦਾ ਸਭ ਮੁੱਕਦੀ ਚੱਲੀ ਰਹਿਣ, ਅੱਗੇ ਹੋਰ ਸੋਹਣੇ ਸ਼ਬਦ ਨੇ। ਸਮਾਂ ਤਾਂ ਦੌੜ ਜਾਂਦਾ ਹੈ, ਇੱਕ ਸ਼ਬਦ ਆ ਉਦਮ, ਉਦਮ ਉਦਮ ਕਰਨਾ, ਉਦਮ ਕਰੋ ਵਡਭਾਗੀਓ ਸਿਮਰੋ ਹਰ ਹਰ ਰਾਏ, ਇਹ ਉਦਮ ਆ। ਉਦਮ ਕਰੇ ਪਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਦੂਸਰੇ ਸਾਰੇ ਕੰਮਾਂ ਨੂੰ ਲਿਖਿਆ ਕੁਦਮ ਕੱਕੇ ਨਾਲ। ਕੁਦਮ ਕਰੇ ਪਸ ਪੰਖੀਆ, ਪਸ਼ੂਆ ਪੰਖੀਆ ਤੂੰ ਉੱਡਦਾ ਤਾਂ ਹੈ ਸਵੇਰ ਤੋਂ ਗੱਡੀ ਲੈ ਕੇ, ਮਗਰ ਉਹ ਉਦਮ ਨਹੀਂ। ਕੁਦਮ ਕੱਕੇ ਨਾਲ ਬੋਲੋ ਕੁਦਮ 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 ਕਰੇ ਪਸ ਪੰਖੀਆ ਦਿਸੈ ਨਾਹੀਂ ਕਾਲ, ਤੈਨੂੰ ਕਾਲ ਨਹੀਂ ਦਿਸ ਰਿਹਾ ਵੀ ਹਰ ਪਾਸੇ ਅੱਗੇ ਕਾਲ ਦਾ ਜਾਲ ਆ ਜਿਹਦੇ ਵਿੱਚ ਮੈਂ ਫਸ ਰਿਹਾ। ਆਖੋ ਵਾਹਿਗੁਰੂ, ਕੁਦਮ ਕਰੇ ਦਿਸੇ ਨਾਹੀਂ ਕਾਲ, ਤੁਰਿਓ ਤਾਂ ਹੈ ਵਪਾਰ ਤਾਂ ਕਰਨ ਤੁਰਿਓ, ਮਗਰ ਤੈਨੂੰ ਇਹ ਨਹੀਂ ਪਤਾ ਮੈਂ ਜਿਹੜਾ ਜਿਹੜਾ ਜੋ ਜੋ ਕਰਮ ਕੀਏ ਲਾਲਚ ਲੱਗ, ਬੋਲੋ ਹਾਂ ਤਿਹੇ ਤਿਹੇ ਆਪ ਬੰਧਾਏ ਹੋ, ਉੱਥੇ ਉੱਥੇ ਤੂੰ ਬੱਝਾ ਹੈ, ਲਾਲਚ ਵਿੱਚ ਜਿਹੜੇ ਤੂੰ ਕਰਮ ਕੀਤੇ ਫਸਿਆ ਹੈ। ਆਖੋ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਵਪਾਰ ਕਰਨ ਆਏ ਵਣਜਾਰੇ ਨੂੰ ਕਹਿੰਦੇ ਵਣਜ ਕਰੋ ਵਣਜਾਰਿਓ ਵੱਖਰ ਲਿਓ ਸਮਾਲ, ਚੇਤਾ ਰੱਖੀ ਬਾਜ਼ਾਰ 'ਚ ਜਾ ਕੇ ਕਿਤੇ ਰੱਦੀ ਦੀਆਂ ਟੋਕਰੀਆਂ ਨਾ ਭਰੀ ਜਾਈ, ਕਿਤੇ ਗੰਦ ਦੀਆਂ ਟੋਕਰੀਆਂ ਨਾ ਭਰੀ ਜਾਈ, ਤੈਸੀ ਵਸਤ ਵਸਾਈ ਹੈ ਇਹੋ ਜਿਹੀ ਕੋਈ ਚੀਜ਼ ਦਾ ਸੌਦਾ ਕਰੀ ਜੈਸੀ ਨਿਭੇ ਨਾਲ, ਤਾਂ ਸੱਚ ਨੇ ਨਹੀਂ ਬਣਾਇਆ ਅਤੇ ਕਰ ਤੂੰ ਰਿਹਾ ਸਭ ਕੁਛ, ਕੋਈ ਗੱਲ ਨਹੀਂ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਤੁਸੀਂ ਤਾਂ ਬਚੇ ਹੀ ਹੋਵੋਗੇ, ਗੁਰੂ ਜਾਣਦਾ ਹੈ ਕੌਣ ਬਚਿਆ ਅਤੇ ਕੌਣ ਫਸਿਆ ਅਤੇ ਗੁਰੂ ਜਾਣਦਾ ਹੈ। ਆਖੋ ਵਾਹਿਗੁਰੂ। ਮਗਰ ਮੈਂ ਫਿਰ ਵੀ ਆਪ ਜੀ ਨੂੰ ਕਹਿੰਦਾ ਵੀ ਜਿਹੜੇ ਸਤਸੰਗਤ ਵਿੱਚ ਆਏ ਉਹ ਬਚੇ ਹੀ ਹੋਣਗੇ। ਸਤਿਗੁਰੂ ਪਾਤਸ਼ਾਹ ਪਿਤਾ ਜੀ ਕਹਿੰਦੇ ਸਾਰੇ ਭੁੱਲੇ ਨੇ, ਮੈਂ ਤੁਹਾਨੂੰ ਆਵਾਜ਼ ਦਿੰਦਾ, ਤੈਸੀ ਵਸਤ ਵਸਾਈ ਹੈ ਜੈਸੀ ਨਿਭੇ, ਅੱਗੇ ਸ਼ੋ ਸਜਾਣ ਹੈ, ਸਜਾਣ ਵੀ ਬੜਾ ਸਿਆਣਾ ਐਵੇਂ ਨਹੀਂ ਰੱਖ ਦੂਗਾ, ਚੱਲ ਰੱਖ ਵੀ ਅੰਦਰ ਅਤੇ ਮਗਰੋਂ ਪਤਾ ਲੱਗੂਗਾ ਇਹਦੇ ਵਿੱਚ ਤਾਂ ਨਸ਼ਾ ਸੀ, ਇਹਦੇ ਵਿੱਚ ਤਾਂ ਆਹ ਸੀ ਉਹ ਸੀ। ਆਖੋ ਵਾਹਿਗੁਰੂ। ਉਹ ਤਾਂ ਅੰਦਰ ਵੀ ਜਾਣਦਾ ਨਾ ਕੋਠੜੀ ਦੇ ਵਿੱਚ ਕੀ ਆ, ਥੈਲੀ ਦੇ ਵਿੱਚ ਕੀ ਆ, ਤੂੰ ਦੱਸੇ ਨਾ ਦੱਸੇ ਉਹਨੂੰ ਪਹਿਲੋਂ ਬਤਾਏ, ਅੱਗੇ ਸ਼ੋ ਲੈਸੀ ਵਸਤ, ਉਹ ਸਾਰਾ ਕੁਝ ਜਾਣਦਾ ਆ। ਆਖੋ ਵਾਹਿਗੁਰੂ। ਫਿਰ ਕੀ ਕਰਾਂ ਜੀ, ਕਿਹੜਾ ਸੌਦਾ ਕਰਾਂ ਭਾਈ ਰੇ, ਬੋਲੋ ਮੇਰਾ ਪਿਓ ਕਹਿਣ ਡਿਆ ਹਰ ਗੁਣ ਗਾਵੋ ਸਦਾ ਸੁਭਾਈ, ਭਾਈ ਰੇ ਰਾਮ ਕਹੋ, ਨਹੀਂ ਅਜੇ ਕਹੋ ਰਾਮ ਕਹੋ। ਕਹਿੰਦਾ ਜੀ ਮੈਂ ਕਹਿੰਦਾ ਮਹਾਰਾਜ ਮੇਰੇ ਜਿੱਡਾ ਤਾਂ ਕੋਈ ਵੀ ਨਹੀਂ ਕਹਿੰਦਾ, ਮੇਰੇ ਤਾਂ ਘੰਟਿਆਂ ਬੱਧੀ ਮੇਰਾ ਪੀਰੀਅਡ ਹੈ, ਮੈਂ ਰੂਹ ਰੂਹ ਕਰਦਾ। ਕਹਿੰਦਾ ਜਿਹਦੇ ਕਰਕੇ ਤੇਰੀ ਜੇਬ 'ਚ ਸਮਾਨ ਪੈਣਾ ਸੀ ਉਹ ਨਹੀਂ ਸੀ ਉੱਥੇ,
ਸੁਰਤ ਸੋਚ ਕਰ ਪਾਂਡ ਸਾਲ ਤਿਸ ਵਿੱਚ ਤਿਸ ਨੂੰ। ਸੁਰਤ ਕਿੱਥੇ ਸੀ ਤੇਰੀ? ਕਮਾਉਂਦਾ ਤੇ ਰਿਹੋ, ਆਖੋ ਵਾਹਿਗੁਰੂ, ਕਮਾਉਂਦਾ ਤੇ ਰਿਹੋ, ਮਗਰ ਪੰਜ ਚੋਰ ਘਰ ਮੈਂ ਮੂਸੇ ਪੰਜੇ ਹੀ ਨਾਲ ਹੀ ਤੁਰੇ ਫਿਰਦੇ ਸੀ। ਉਹ ਇੱਧਰੋਂ ਕਮਾਉਂਦਾ ਰਿਹਾ, ਉਹ ਇੱਧਰੋਂ ਚੁੱਕ ਚੁੱਕ ਕੇ ਲੁੱਟਦੇ ਰਹੇ। ਸੁਚੇਤ ਰਹੋ, ਆਖੋ ਵਾਹਿਗੁਰੂ, ਤੇਰੀ ਜੇਬ 'ਚ ਕੀ ਪਿਆ? ਜੇ ਤੇਰੀ ਜੇਬ 'ਚ ਕੁਛ ਪਿਆ ਹੁੰਦਾ ਤਾਂ ਸੱਚੀ ਮੁੱਚੀ ਬਾਹਰ ਜਾ ਕੇ ਵੀ ਹੁੰਦਾ। ਇੱਥੋਂ ਬਾਹਰ ਹੁੰਦਿਆਂ ਹੀ ਜੇਬ ਫੁੱਲੀ ਤੇਰੀ ਗੁਰੂ ਨਾਨਕ ਸਾਹਿਬ ਨੇ, ਦੂਸਰੇ ਨੇ ਨਹੀਂ। ਦੂਸਰਾ ਨਹੀਂ ਬੋਲ ਸਕਦਾ, ਗੁਰੂ ਨਾਨਕ ਸਾਹਿਬ ਬੋਲ ਸਕਦਾ। ਰਾਤੀ ਹਮ ਜਾਗ ਉਸ ਦੀ ਗੱਲ ਕਰਦੇ ਸੀ ਢਾਡੀ ਸਾਹਿਬ, ਅਤੇ ਬਾਬੇ ਨਾਨਕ ਨੇ ਇਹੀ ਕਿਹਾ ਸੀ, ਪੀਰ ਜੀ ਖੁਦਾ ਦੀ ਇਬਾਦਤ ਕਰਿਆ ਕਰੋ। ਕਹਿੰਦਾ ਜੀ ਬਹੁਤ ਕਰਦਾ। ਹਮ ਜਾਗ ਉਸ ਕਹਿੰਦਾ ਬਹੁਤ ਕਰਦਾ। ਸਾਹਿਬ ਨੇ ਕਿਹਾ ਜੇਬ ਤੇਰੀ ਖਾਲੀ? ਇਹ ਤਾਂ ਇਹੀ ਚੈੱਕ ਕਰ ਸਕ, ਕਿਹਦੀ ਕਿਹਦੀ? ਕਰਨੈਲ ਸੁਣਦੀ, ਮੇਰੀ, ਪਰਮਜੀਤ ਸੁਣਦੀ, ਜਗਜੀਤ ਸੁਣਦੀ, ਕਿਹਦੀ ਜੇਬ ਭਰੀ ਅਤੇ ਕਿਹਦੀ ਖਾਲੀ? ਇਹ ਜਾਣਦਾ ਤਾਂ ਹੈ ਨਾ, ਬੋਲੋ ਅਕਵੇ। ਦਾਵਾ ਤਾਂ ਸਾਰੇ ਹੀ ਕਰਦੇ। ਦਾਵਾ ਕਰਨ ਵਾਲੇ ਦੀ ਇੱਕ ਕਹਾਣੀ ਹੈ, ਦਾਵਾ ਦਾਜਨ ਹੋਤਾ ਹੈ। ਜਿਹੜਾ ਬੰਦਾ ਸਿਮਰਨ ਕਰਕੇ ਇਸ ਗੱਲ ਦਾ ਦਾਵਾ ਕਰਦਾ ਹੈ ਵੀ ਮੈਂ ਕਰ ਲਿਆ, ਨਾਲ ਹੀ ਸਭ ਕੁਛ ਸੜ ਗਿਆ, ਦਾਜਨ ਦਾਜਨ ਮੈਨੇ ਸੜ ਗਿਆ। ਜਿਸ ਬੰਦੇ ਨੇ ਸਿਮਰਨ ਕਰਕੇ, ਬੰਦਗੀ ਕਰਕੇ ਇਹ ਆਖ ਲਿਆ ਵੀ ਮੈਂ ਸਿਮਰਨ ਕੀਤਾ, ਮੈਂ ਬੰਦਗੀ ਕੀਤੀ, ਸਮਝ ਲਓ ਜੋ ਕੁਝ ਕਮਾਇਆ ਨਾਲ ਹੀ ਨੋਟ ਸੜ ਗਏ, ਜੋ ਕਮਾਈ ਸੀ ਸੜ ਗਈ। ਪੀਰ ਜੀ ਜੇਬ ਖਾਲੀ ਪਰਨਾ ਵਾਲਾ ਸੀ, ਸੱਚੀ ਮੁੱਚੀ ਹਮ ਜਾ ਗਾਉਂਸ ਤੂੰ ਪਰਨਾ ਵਾਲਾ ਸੈਂ, ਤੇਰੇ ਸਾਹਮਣੇ ਆ ਗਿਆ ਬਾਬਾ ਨਾਨਕ ਤੇਰੇ, ਅਤੇ ਤੁਧ ਡਿੱਠੇ ਸੱਚੇ ਮਲ ਜਨਮ ਜਨਮ ਦੀ ਕੱਟੀ, ਤੇਰੀ ਜਨਮਾਂ ਦੀ ਮੈਲ ਲੱਥ ਗਈ, ਤੂੰ ਪੈਰਾਂ 'ਤੇ ਡਿੱਗ ਪਿਓ, ਸਾਡੇ ਸਾਹਮਣੇ ਰੋਜ਼ ਬੈਠਾ, ਅਸੀਂ ਨਹੀਂ ਡਿੱਗਦੇ, ਅਸੀਂ ਇਹਨੇ ਹੋ ਰਿਹਾ। ਵੇਖਿਆ ਜੀ ਤੁਸੀਂ ਕਿੰਨੇ ਲੋਕ ਰੱਟ ਲਾਉਂਦੇ ਨੇ ਸਾਨੂੰ ਗੁਰੂ ਸਾਹਿਬ ਦੇ ਕੋਈ ਦਰਸ਼ਨ ਕਰਾ ਦੇ। ਤਰਕਾਰ ਆ ਉਹਨਾਂ ਰੂਹਾਂ ਨੂੰ, ਤਰਕਾਰ ਆ ਉਹਨਾਂ ਰੂਹਾਂ 'ਤੇ ਜਿਹੜੇ ਪ੍ਰਤੱਖ ਗੁਰੂ ਹੁੰਦੇ ਆ, ਕਹਿੰਦੇ ਸਾਨੂੰ ਗੁਰੂ ਦੇ ਦਰਸ਼ਨ ਕਰਾ ਦਿਓ। ਅਤੇ ਬੜੀਆਂ ਦੁਕਾਨਾਂ ਖੁੱਲ੍ਹੀਆਂ ਗੁਰੂ ਦਾ ਦਰਸ਼ਨ ਕਰਾਉਣ ਵਾਲਿਆਂ ਦੀਆਂ, ਖੁੱਲ੍ਹੀਆਂ ਕਿ ਨਹੀਂ ਬੋਲੋ, ਆਖੋ ਵਾਹਿਗੁਰੂ। ਕਿੰਨੇ ਲੋਕ ਭਟਕਦੇ ਫਿਰਦੇ ਆ, ਗੁਰੂ ਦੇ ਦਰਸ਼ਨ, ਗੁਰੂ ਦੇ ਦਰਸ਼ਨ। ਭਾਅ ਜੀ ਆਹ ਜਿਹੜੇ ਗੁਰੂ ਕੇ ਸਿੱਖ ਹਨ, ਇਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਏ ਨੇ, ਅਤੇ ਉਹ ਫਿਰ ਆਟੇ ਖੰਬੀਰੇ ਵਾਂਗੂ ਫੁੱਲ ਕੇ ਬੈਠਾ ਹੁੰਦਾ ਵੀ ਮੈਨੂੰ ਦਰਸ਼ਨ ਹੋਏ। ਸਾਨੂੰ ਸਾਰਿਆਂ ਨੂੰ ਹੋਏ ਨੇ, ਆਹ ਸਾਹਮਣੇ ਸਾਹਿਬੀ 'ਚ ਬੈਠੇ ਜਿੰਨਾ ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਇੱਕ ਵਾਰ ਬੋਲੋ ਹੁੰਦੇ, ਫਿਰ ਬੋਲੋ ਤਿੰਨ ਕੋ ਦਰ ਢੋਈ ਨਹੀਂ, ਤਿੰਨ ਕੋ। ਜਿਹੜੇ ਜਿਹੜੇ ਬੰਦੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦਿਆਂ ਕਹਿਣਗੇ ਵੀ ਸਾਨੂੰ ਅਜੇ ਗੁਰੂ ਦੇ ਦਰਸ਼ਨ ਨਹੀਂ ਹੋਏ, ਉਹਨਾਂ ਨੂੰ ਰੱਬ ਦੇ ਘਰ ਵਿੱਚ ਕੋਈ ਜਗ੍ਹਾ ਨਹੀਂ, ਰੱਬ ਦੇ ਘਰ ਵਿੱਚ ਉਹਨਾਂ ਨੂੰ ਜਗ੍ਹਾ ਮਿਲਣੀ ਜਿਹੜੇ ਛਾਤੀ ਤਾੜ ਕੇ ਕਹਿਣਗੇ ਮੈਨੂੰ ਗੁਰੂ ਦੇ ਦਰਸ਼ਨ ਹੋਏ ਨੇ, ਮੈਂ ਗੁਰੂ ਦੇ ਦਰਸ਼ਨ ਕਰ ਲਏ ਨੇ, ਮੇਰਾ ਜੰਮਣ ਮਰਨ ਕੱਟਿਆ ਗਿਆ ਹੈ। ਸੋ ਕਹੋ ਟਲ ਗੁਰਸੇਵੀਐ ਐਨਸ ਸਹਿਜ ਸਪਾਹੇ, ਇਹ ਮੇਰੇ 'ਤੇ ਵਾਪਰ ਗਿਆ ਹੈ ਦਰਸ਼ਨ ਪਰਸੇ ਹੈ ਗੁਰੂ ਕੇ ਜਨਮ ਮਰਨ ਦੁੱਖ। ਜਿਹਨਾਂ ਜਿਹਨਾਂ ਨੇ ਗੁਰੂ ਦੇ ਦੀਦਾਰ ਕਰ ਲਏ ਉਹਨਾਂ ਦਾ ਜੰਮਣ ਮਰਨ ਕੱਟਿਆ ਗਿਆ। ਜੇ ਤੁਹਾਡੇ ਅੰਦਰ ਇਹ ਕਿੱਲਾ ਨਾ ਠੁਕਿਆ ਹੋਇਆ ਤਾਂ ਫਿਰ ਆਪਾਂ ਨੂੰ ਕੋਈ ਨਹੀਂ ਬਚਾ ਸਕਦਾ। ਬਾਣੀ ਗੁਰੂ ਵਿੱਚ ਬਾਣੀ, ਗੁਰਬਾਣੀ ਕਹੈ
ਇੱਥੇ ਕੁੰਡੀ ਫਸ ਗਈ ਤਾਂ ਨਹੀਂ ਹੋਏ, ਤਾਂ ਨਹੀਂ ਹੋਏ, ਇੱਥੇ ਕੁੰਡੀ ਫਸ ਗਈ ਅੱਗ ਕੇ। ਜੋ ਜੋ ਗੁਰਬਾਣੀ ਨੇ ਕਿਹਾ ਉਹ ਅਸੀਂ ਮੰਨਿਆ ਨਹੀਂ, ਫਿਰ ਜੋ ਜੋ ਗੁਰਬਾਣੀ ਨੇ ਕਿਹਾ ਮੈਂ ਮੰਨਿਆ ਨਹੀਂ, ਉਹ ਸਾਹਮਣੇ ਬੈਠਾ ਸਾਨੂੰ ਦਿਸਿਆ ਨਹੀਂ। ਆਖੋ ਵਾਹਿਗੁਰੂ, ਉਹ ਸਾਹਮਣੇ ਬੈਠਾ ਸਾਨੂੰ ਬੈਠਾ ਸੋਢੀ ਸਾਹਮਣੇ ਬੈਠਾ, ਉਹੀ ਜੋਤ ਜਗ ਰਹੀ, ਮਗਰ ਸਾਨੂੰ ਤਾਂ ਨਹੀਂ ਦਿਸਿਆ ਗੁਰੂ ਕਿਸੇ ਕੋਲ, ਅਸੀਂ ਉਹਨੂੰ ਮੰਨਿਆ ਹੀ ਨਹੀਂ। ਜਿਹੜੀ ਕਰੰਸੀ ਨੂੰ ਤੁਸੀਂ ਕਰੰਸੀ ਨਹੀਂ ਮੰਨਦੇ ਅਜੇ, ਆਖੋ ਵਾਹਿਗੁਰੂ, ਕੋਈ ਪਾਗਲ ਆ ਚੁੱਕ ਕੇ ਜੇਬ 'ਚ ਪਾ ਲਓ, ਨਹੀਂ ਪਤਾ ਲੱਗਾ ਇੱਕ ਕਰੰਸੀ ਆ, ਤੁਸੀਂ ਉਹਨੂੰ ਕਰੰਸੀ ਮੰਨਦੇ ਹੀ ਨਹੀਂ ਅਤੇ ਖੜੋਗੇ ਵੀ ਨਹੀਂ ਆਟੋਮੈਟਿਕਲੀ, ਸਿੱਧੀ ਜੀ ਗੱਲ ਆ। ਤੁਸੀਂ ਅਜੇ ਗੁਰੂ ਨੂੰ ਗੁਰੂ ਮੰਨ ਹੀ ਨਹੀਂ ਰਹੇ, ਸੁਰਤ 'ਚ ਕਿਤਰਾ ਵਸਾਓਗੇ? ਤੁਹਾਡੇ ਲਈ ਤਾਂ ਅਜੇ ਹੋਰ ਕੋਈ ਪੰਛੀ ਦੌੜਿਆ ਵੀ ਗੁਰੂ ਕੋਈ ਹੋਰ ਆ। ਕਿੱਡੀ ਬਦਕਿਸਮਤੀ ਹੈ, ਗੁਰਬਾਣੀ ਕਹੇ ਅਤੇ ਸੇਵਕ ਜਨ ਮੰਨੇ, ਇੱਥੇ ਆਣ ਕੇ ਕੁੰਡੀ ਫਸ ਗਈ। ਜੋ ਜੋ ਗੁਰਬਾਣੀ ਨੇ ਕਿਹਾ ਅਸੀਂ ਮੰਨਣ ਨੂੰ ਤਾਂ ਤਿਆਰ ਹੀ ਨਹੀਂ। ਜੇ ਗੁਰੂ ਕਹਿੰਦਾ ਵਾਲ ਕਾਲੇ ਨਾ ਕਰੋ ਤਾਂ ਮੈਂ ਤਾਂ ਮਰ ਜੂੰਗਾ ਵਾਲ ਕਾਲੇ ਨਾ ਕੀਤੇ ਤੇ, ਚੱਲ ਕੋਈ ਗੱਲ ਨਹੀਂ ਗੁਰਦੁਆਰੇ ਵੀ ਜਾਂਦੇ ਰਹੋ। ਜੇ ਗੁਰੂ ਕਹਿੰਦਾ ਕੇਸਾਂ ਦੀ ਬੇਦਬੀ ਨਹੀਂ ਕਰੋ, ਆਖੋ ਵਾਹਿਗੁਰੂ, ਮੈਂ ਤੋਂ ਬਿਨਾਂ ਰਹਿ ਨਹੀਂ ਸਕਦਾ, ਭਰਵੱਟੇ ਬਣਾਉਣ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਦਾੜਾ ਕਾਲਾ ਕਰਨ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਫਿਰ ਨਹੀਂ ਫਿਰ ਨਹੀਂ। ਇੱਥੇ ਸੱਚ ਸੌਦਾ ਕੀਤਾ, ਇੱਥੇ ਸੱਚੇ ਹੀ ਸੱਚ ਨਿਬੜੇ, ਇੱਥੇ ਤਾਂ ਉਹਨਾਂ ਨੂੰ ਥਾਂ ਨਾ ਪਾਏ ਨਾ, ਇੱਥੇ ਝੂਠੇ ਨੂੰ ਜਗ੍ਹਾ ਹੀ ਕੋਈ ਨਹੀਂ, ਕੋਈ ਗੱਲ ਨਹੀਂ। ਨਾ ਇੱਥੇ ਕੋਈ ਇਹਨੇ ਵੋਟਾਂ ਲੈਣੀਆਂ ਨੇ, ਨਾ ਇਹਨੇ ਕਿਸੇ ਦੇ ਐਮ ਪੀ ਵਿੱਚ ਖਲੋਣਾ ਹੈ, ਨਾ ਐਮ ਐਲ ਏ ਖਲੋਣਾ ਹੈ, ਇਹ ਤਾਂ ਸਦੈਵੰਗ ਪ੍ਰਧਾਨਿਆ ਹੈ। ਨਾ ਇਹਨੇ ਕਿਸੇ ਗੁਰਦੁਆਰੇ ਦਾ ਪ੍ਰਧਾਨ ਬਣਨਾ ਹੈ, ਇਹ ਤਾਂ ਸਦੈਵੰਗ ਪ੍ਰਧਾਨਿਆ, ਖੁਦ ਹੀ ਪ੍ਰਧਾਨ ਆ, ਸੰਦੀਪ ਲਈ ਪ੍ਰਧਾਨ ਆ। ਸੱਚੇ ਕੀ ਸਰਕਾਰ ਯੁੱਗ ਯੁੱਗ ਜਾਣੀ ਹੈ, ਅੱਜ ਵੀ ਹੈ, ਅਗਲੇ ਯੁੱਗ 'ਚ ਵੀ ਸੀ, ਅੱਗੇ ਵੀ ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ, ਹਰ ਦੀ ਗੱਲ ਲਿਖੀ, ਬਹੁਤਾ ਨਾ ਜਾਵਾਂ ਦੂਰ। ਆਖੋ ਵਾਹਿਗੁਰੂ, ਜਿਹੜਾ ਸੌਦਾ ਹੈ ਭਾਈ ਰੇ ਰਾਮ ਕਹੋ ਚਿੱਤ ਨਹੀਂ ਤੂੰ ਜੋੜਦਾ, ਚਿੱਤ ਲਾ ਕੇ ਕਹਿ ਕੇ ਵੇਖ ਜੇਬਾਂ ਭਰਜਣਗੀਆਂ। ਵਾਹਿਗੁਰੂ 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 ਵਾਹਿਗੁਰੂ, ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ, ਇਹ ਮਿਹਰ ਦੀ ਨਿਸ਼ਾਨੀ ਆ। Bye.
ਸਰਗੁਣ ਗਾਵੋ ਸਦਾ ਮਨ ਚਿੰਦੇ ਜੀ ਕਹਿ ਦਿੱਤਾ ਹੀ ਨਹੀਂ ਇਕੱਲਾ ਦਿੱਤਾ ਹੀ ਨਹੀਂ ਨਾਲ ਵੀ ਰਹੂ ਨਾਲ ਵੀ ਰਹੂ ਜੀ ਕਹਿ ਆਹ ਜਿਹੜਾ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਆਨੰਦ ਕਰੋ ਮਿਲ ਕਦੀ ਚਿੱਥਿਆ ਜੇ ਇਹਨੂੰ ਕਦੀ ਚਿੱਥਿਆ ਜੇ ਤੁਸੀਂ ਦੱਸੋ ਕਿਹੜੀ ਸੁੰਦਰ ਨਾਰੀ ਦੀ ਗੱਲ ਕੀਤੀ ਆ ਕਿਤੇ ਹੋਰ ਹੀ ਨਾ ਕੋੜ ਪਾਲ ਕੇ ਅੰਦਰ ਬੈਠੇ ਰਹੀਏ ਵਿਖਾਵੇ ਮਾਤਰ ਤੇ ਸ਼ਬਦ ਕਿਤੇ ਹੋਰ ਹੀ ਅਰਥ ਕਰਦਾ ਹੈ ਆਖੋ ਵਾਹਿਗੁਰੂ ਸੁਖ ਉਪਜੇ ਵਾਜੇ ਅਨਹਦ ਤੁਰੇ ਹੁਣ ਤੁਰੀ ਗੱਲ ਤੂੰ ਜਿਸ ਸੁੱਖ ਨੂੰ ਸੁੱਖ ਮੰਨ ਕੇ ਬੈਠਾ ਸੁੱਖ ਨਹੀਂ ਜਿਹੜੀ ਨਾਰੀ ਨੂੰ ਮੰਨ ਕੇ ਬੈਠਾ ਨਾ ਉਹ ਨਾਰੀ ਨਹੀਂ ਆਖੋ ਵਾਹਿਗੁਰੂ ਕਹਿ ਕੇ ਬੋਲੋ ਨਾ ਪਹਿਲੀ ਗੱਲ ਤੇ ਤੇਰੇ ਸੁੱਖਾਂ ਤੇ ਕਾਂਟਾ ਮਾਰਿਆ ਵੀ ਜਿਹੜੇ ਸੁੱਖ ਤੂੰ ਮੰਨ ਕੇ ਬੈਠਾ ਉਹ ਸੁੱਖ ਨਹੀਂ ਸੁੱਖ ਕੀ ਹੈ ਵਾਜੇ ਹੁਣ ਤੂੰ ਤੇ ਤੇਰੇ ਸੁੱਖ ਨਾਲ ਤੇ ਸੁੱਖ ਹੀ ਨਹੀਂ ਮਿਲਦੇ ਤੇਰੇ ਕਲਪਿਤ ਕੀਤੇ ਹੋਏ ਸੁੱਖਾਂ ਨਾਲ ਤੇ ਇਹਨਾਂ ਸੁੱਖਾਂ ਦੀ ਤਸਵੀਰ ਹੀ ਨਹੀਂ ਮਿਲਦੀ ਵਾਜੇ ਪੰਚ ਸ਼ਬਦ ਤੂੰ ਕਹਿੰਦਾ ਜਿਸ ਘਰ ਵਿੱਚ BMW ਗੱਡੀ ਖਲੋਤੀ ਹੈ ਭਾਗਾਂ ਵਾਲਾ ਹੈ ਇੱਧਰ ਬਾਬਾ ਕਹਿੰਦਾ ਜੀ ਉਹ ਘਰ ਭਾਗਾਂ ਵਾਲਾ ਜਿਹਦੇ ਘਰ 'ਚ ਪੰਚ ਸ਼ਬਦ ਵੱਜੇ ਨੇ ਵਾਜੇ ਪੰਚ ਸ਼ਬਦ ਤਿੱਤ ਘਰ ਸੁਭਾਗੇ ਸੁਭਾਗੇ ਬਣੇ ਭਾਗਾਂ ਵਾਲੇ ਵੇਖ ਤੂੰ ਤੇ ਤੁਰਿਆ ਹੀ ਬਾਹਰ ਫਿਰਦਾ ਮੈਂ ਕੀ ਕਰਾਂ ਬਾਬਾ ਪੁੱਛਦਾ ਮੈਂ ਕੀ ਕਰਾਂ ਤੇਰਾ ਇਲਾਜ ਕੀ ਕਰਾਂ ਤੂੰ ਮਨ ਕਿਸੇ ਚੀਜ਼ ਨੂੰ ਕੀ ਮੰਨ ਰਿਹਾ ਤੂੰ ਕਹਿੰਦਾ ਹੈ ਵੀ 500 ਗਜ ਦਾ ਘਰ ਆ ਉਹਦੇ ਵਿੱਚ ਸਾਰੇ ਸੁੱਖ ਨੇ ਗੀਜ਼ਰ ਲੱਗੇ ਆ AC ਲੱਗੇ ਆ ਗੱਡੀਆਂ ਖਲੋਤੀਆਂ ਨੇ ਧੀਆਂ ਪੁੱਤਰ ਡਾਕਟਰ ਬਣ ਗਿਆ ਸਭ ਕੁਛ ਬਣ ਗਿਆ ਬੜੇ ਸੁੱਖ ਨੇ ਮੇਰਾ ਗੁਰੂ ਕਹਿੰਦਾ ਨਹੀਂ ਸੁਭਾਗਾ ਘਰ ਉਹ ਹੈ ਭਾਗਾਂ ਵਾਲਾ ਉਹ ਹੈ ਜਿਹਦੀ ਸੁਰਤ ਵਿੱਚ ਪੰਜ ਸ਼ਬਦ ਗੂੰਜ ਉੱਠੇ ਸ਼ਬਦ ਸੁਰਤ ਨਿਰਤ ਕਰਕ ਦਾ ਖੇਲ ਚੱਲ ਪਿਆ ਆਖੋ ਵਾਹਿਗੁਰੂ ਗਿਣ ਲਓ ਸ਼ਬਦ ਸੁਰਤ ਨਿਰਤ ਕਰਕ ਅਨਾਹਦ ਇਹ ਵਾਜੇ ਪੰਜ ਵੱਜ ਪਏ ਜਿੱਥੇ ਆਖੋ ਵਾਹਿਗੁਰੂ ਜਿੱਤ ਘਰ ਘਰ ਸੁਭਾਗੇ ਸ਼ਬਦ ਵਾਜੇ ਕਿੱਥੇ ਵੱਜੇ ਜੀ ਜਿਨ੍ਹਾਂ ਵਿੱਚ ਆਪਣੀ ਤੂੰ ਕਲਾ ਰੱਖਦੀ ਕਲਾ ਜਿੱਤ ਘਰ ਧਾਰੀਆ ਅੱਗੇ ਜਾ ਕੇ ਬੜੇ ਪਿਆਰੇ ਕੀਤੇ ਨੇ ਐਵੇਂ ਨਹੀਂ ਤੁਰ ਕਰਮ ਪਾਇਆ ਤੁਦ ਜਿਨ ਕੋ ਇਹ ਵੀ ਗੱਲ ਨੋਟ ਕਰੇ ਰੋਜ਼ ਹੀ ਪੜ੍ਹਦੇ ਹਾਂ ਤੁਰ ਤੁਦ ਤੁਦ ਜਿੱਥੇ ਤੁਰੋਂ ਤੂੰ ਬਖਸ਼ਾਂ ਦੇ ਕਿਰਪ ਮਿਹਰ ਪਾ ਕੇ ਮੀਂਹ ਪਾ ਕੇ ਭੇਜਿਆ ਤੁਰ ਦੀ ਬਖਸ਼ਿਸ਼ ਤੁਰੋਂ ਹੀ ਕਰਕੇ ਭੇਜੀ ਜਿਹੜੇ ਤੁਰੋਂ ਵਿਛੁੰਨੇ ਇੱਕ ਉਹ ਨੇ ਤਾਂ ਹੀ ਰੁਣੇ ਤਾਵਾਂ ਮਾਰ ਮਾਰ ਕੇ ਰੋਂਦੇ ਜਿਹੜੇ ਤੁਰੋਂ ਤੋਂ ਵਿਛੁੰਨੇ ਹੋਣ ਉਹ ਆਨੰਦਿਤ ਹੋ ਉੱਠਦੇ ਜਿਹੜੇ ਤੁਰੋਂ ਉਹਨੇ ਬਖਸ਼ਿਸ਼ ਨਾਲ ਭਰ ਕੇ ਭੇਜੇ ਹੋਣ ਤੁਰ ਕਰਮ ਪਾਇਆ ਤੁਜਨ ਕੋ ਇਸ ਦੁਨੀਆਂ 'ਤੇ ਕੋਈ ਬਹੁਤੇ ਲੋਕ ਨਹੀਂ ਵੀ ਜਿਨ੍ਹਾਂ ਨੂੰ ਧੁਰ ਤੋਂ ਬਖਸ਼ਾਂ ਹੋ ਕੇ ਆਈਆਂ ਹੋਣ ਆਖੋ ਵਾਹਿਗੁਰੂ ਉਹ ਬਾਬਾ ਬੁੱਢਾ ਸਾਹਿਬ ਜੀ ਸੀ ਬਾਬਾ ਬੁੱਢਾ ਸਾਹਿਬ ਸੀ ਜਿਹਨੂੰ ਆਪ ਆਣ ਕੇ ਮਿਲਿਆ ਡੰਗਰ ਚਾਰਦੇ ਨੂੰ ਧੁਰ ਤੋਂ ਸੀ ਕਿਤੇ ਜੋੜ ਸੀ ਸੰਯੋਗ ਸੀ ਪੂਰਬਲਾ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਬੇਟੇ ਉਹ ਪੁਰਖ
ਆਣ ਕੇ ਮਿਲਿਆ, ਫਿਰ ਰਸ ਦੀ ਮੂਰਤ ਰੱਬ ਮਿਲਿਆ ਅਤੇ ਉਹਨੇ ਵੀ ਐਰਾ ਵਗੈਰਾ ਗੱਲਾਂ ਨਹੀਂ ਕੀਤੀਆਂ, ਇਸ ਤਰ੍ਹਾਂ ਦਾ ਮਾਹੌਲ ਬਣਾ ਲਿਆ। ਦੁੱਧ ਪਿਆਏਗਾ? ਕਹਿੰਦਾ ਮਹਾਰਾਜ ਮੱਝਾਂ ਬੜੀਆਂ, ਦੱਸੋ ਕਿੰਨਾ ਦੁੱਧ। ਕਹਿੰਦੇ ਦੋ ਜਣਿਆਂ ਦਾ ਦੁੱਧ ਲੈ ਕੇ ਆ, ਦੁੱਧ ਪੀ ਲਿਆ। ਸੁਣੀ ਤੁਸੀਂ ਕਥਾ, ਆਖੋ ਵਾਹਿਗੁਰੂ। ਕਿੰਨੇ ਸੋਹਣੇ ਸੰਸਕਾਰ ਹੋਣਗੇ ਜਦੋਂ ਉਹਨੇ ਕਿਹਾ ਹੋਊ ਤੂੰ ਸਾਨੂੰ ਦੁੱਧ ਪਿਆਇਆ, ਇੱਕ ਗੱਲ ਦੱਸ, ਚੋਰੀ ਲਿਆਇਆ ਘਰੋਂ ਕਿ ਸਾਧੀ? ਅਤੇ ਸੱਚ ਦਾ ਪੂਰਬਲਾ ਸੰਯੋਗ ਸੀ ਨਾ, ਵੇਖੋ ਜਦੋਂ ਸੰਯੋਗ ਬਣਨੇ ਹੋਣ ਉੱਥੇ ਸੱਚ ਵੀ ਬੋਲਿਆ ਜਾਂਦਾ, ਜਦੋਂ ਟੁੱਟਣਾ ਹੋਵੇ ਨਾ ਚੰਗੇ ਭਲੇ ਬੜੇ ਬੜੇ ਤਾਰੂ, ਜੇ ਤੂੰ ਤਾਰੂ ਪਾਣ ਤਾਰੂ ਵੀ ਡੁੱਬ ਜਾਂਦੇ ਨੇ, ਮਗਰ ਜਦੋਂ ਸੰਯੋਗ ਹੋਵੇ ਉਦੋਂ ਅਣਜਾਣਪੁਣੇ 'ਚ ਵੀ ਸਹੀ ਬਚਨ ਮੂੰਹ 'ਚੋਂ ਨਿਕਲ ਜਾਂਦਾ। ਸੰਯੋਗ ਸੀ ਨਾ, ਸੰਯੋਗ ਨੇ ਕੰਮ ਕੀਤਾ ਹੈ। ਕਿੰਨੇ ਕੀਤਾ? ਸੰਯੋਗ ਨੇ ਕੰਮ ਕੀਤਾ, ਸੰਯੋਗ ਬਸ ਮੂੰਹ ਦੇ ਵਿੱਚੋਂ ਨਿਕਲਿਆ ਜੀ ਚੋਰੀ ਲਿਆਇਆ ਦੁੱਧ, ਚੋਰੀ ਲਿਆਇਆ। ਉਹਨੇ ਫੜ ਕੇ ਬਾਂਹ ਖਿੱਚ ਕੇ ਗਲਣਾ ਲਾ ਲਿਆ ਛੋਟੇ ਜਿਹੇ ਨੂੰ, ਆਪ ਪੈਰਾਂ ਭਰ ਬਹਿ ਗਿਆ। ਬਾਬਾ ਉੱਚਾ ਲੰਬਾ ਸੀ, ਅੱਖ ਵਾਹਿਗੁਰੂ, ਇਹ ਜੇ ਛੋਟਾ ਸੀ ਬਾਂਹ ਖਿੱਚ ਕੇ ਗਲਣਾ ਲਾ ਕੇ ਆਖਿਆ, ਆਹ ਹਾ ਹਾ ਹਾ, ਤੂੰ ਛੋਟੀ ਜਿਹੀ ਉਮਰ 'ਚ ਸੱਚ ਬੋਲਿਆ ਅਤੇ ਮੈਂ ਸੱਚ ਰੱਤੇ ਸੇ ਟੋਲ ਲਓ, ਸੱਚ ਰੱਤੇ ਮੈਂ ਹਉਂ ਪਾਲਣ ਚੜਿਆ ਸੰਸਾਰਾ, ਮੈਂ ਸੰਸਾਰ ਵਿੱਚ ਲੱਭਦਾ ਹੀ ਉਹਨਾਂ ਨੂੰ ਫਿਰਦਾ ਜਿਹੜੇ ਸੱਚ ਬੋਲਦੇ ਨੇ, ਅਤੇ ਤੂੰ ਛੋਟੀ ਜਿਹੀ ਉਮਰ 'ਚ ਹੀ ਸੱਚ ਬੋਲਤਾ। ਗਲਣਾ ਲਾ ਕੇ ਮੱਥਾ ਚੁੰਮ ਲਿਆ, ਮੱਥਾ ਚੁੰਮ ਕੇ ਆਖਿਆ, ਬੇਟਾ ਜਿੱਤੇ ਅੰਕਲ ਖੁਸ਼ ਹੋ ਜਾਏ, ਜਿੱਤੇ ਬਾਬਾ ਖੁਸ਼ ਹੋ ਜਾਏ, ਜਿੱਤੇ ਵੱਡਾ ਖੁਸ਼ ਹੋ ਜਾਏ, ਉਹ ਛੇਤੀ ਨਾ ਕੱਢ ਕੇ ਉਹਨੂੰ ਕੁਝ ਦਿੰਦਾ ਹੈ, 5 ਰੁਪਈਏ ਦੇਵੇ, 2 ਰੁਪਈਏ ਦੇਵੇ, ਟੋਫੀ ਦੇਵੇ। ਸਮਝ ਲਿਓ ਨਾ ਮੌਲ ਨੂੰ, ਮੇਰੇ ਭਾਵ ਨੂੰ ਸਮਝ ਲਿਓ, ਕੁਛ ਨਾ ਕੁਛ ਦਿੰਦਾ, ਤੈਨੂੰ ਕੀ ਦਾਂ। ਅਤੇ ਪੂਰਬਲਾ ਸੰਯੋਗ ਬੜਾ ਉੱਤਮ ਸੀ, ਇੱਕ ਕੋਈ ਚੀਜ਼ ਦੇ ਜਾ, ਬਸ ਇੰਨੀ ਗੱਲ ਨਹੀਂ। ਬੱਚਾ ਕਹਿ ਰਿਹਾ ਤੁਰ ਕਰਮ ਪਾਇਆ ਤੁਧ ਜਨ ਕੋ, ਐਵੇਂ ਨਹੀਂ, ਤੁਹਾਨੂੰ ਤਾਂ ਮੈਨੂੰ ਗੁਰੂ ਨਾਨਕ ਮਿਲਦਾ ਅਤੇ ਸਾਰਾ ਹੀ ਕਹਿੰਦੇ ਹੋ ਵੀ ਪੰਜਾਬ ਦਾ ਰਾਜ ਮੇਰੇ ਨਾਂ ਹੀ ਲਾ ਜਾ ਨਾ, ਸੇ ਨਾਮ ਹਰ ਕੇ ਲਾਗੇ, ਕਿਹਾ ਇੱਕ ਦੇ ਜਾ। ਅਤੇ ਉਹਨੇ ਨਹੀਂ ਪੁੱਛਿਆ ਵੀ ਇੱਕ ਕੀ, ਅੰਦਰ ਦੀਆਂ ਜਾਣਦਾ ਸੀ ਨਾ, ਉਹਨੂੰ ਰਿਪੀਟ ਕਰਨ ਦੀ ਜ਼ਰੂਰਤ ਹੀ ਨਹੀਂ ਵੀ ਇੱਕ ਕੀ। ਉਹਨੇ ਇੱਕ ਕੀਤਾ, ਉਹਨੇ ਵੀ ਇੱਕ ਕੀਤਾ, ਅਤੇ ਇਹਨੇ ਛੋਟੇ ਜਿਹੇ ਪਚੰਗੀ ਨੇ ਬਾਬਾ ਬੁੱਢਾ ਸਾਹਿਬ ਨੇ ਛੋਟੀ ਉਮਰ 'ਚ ਪੁੱਛਿਆ, ਬਾਪੂ ਤੂੰ ਤਾਂ ਸਿਆਣਾ ਲੱਗਦਾ ਹੈ। ਮੈਂ ਤਾਂ ਨਿਆਣਾ, ਆਖੋ ਵਾਹਿਗੁਰੂ, ਮੇਰੇ ਕੋਲੋਂ ਪੁੱਛ ਲਾ ਮੈਂ ਕੀ ਕਿਹਾ। ਅਤੇ ਬਾਪੂ ਨੇ ਆਖਿਆ ਮੈਂ ਬੁੱਝ ਲਿਆ ਤੂੰ ਕੀ ਕਿਹਾ, ਸਿਆਣਾ ਬੁੱਝਦਾ ਬੱਚੇ ਨੂੰ ਤਾਂ ਪਤਾ ਨਹੀਂ ਨਾ ਹੁੰਦਾ, ਮੈਨੂੰ ਤਾਂ ਪਤਾ ਲੱਗ ਗਿਆ ਵੀ ਤੂੰ ਕੀ ਮੰਗਦਾ ਹੈ, ਤੁਸੀਂ ਕਿਉਂ ਐਂ ਕੀਤਾ। ਮੈਂ ਤੈਨੂੰ ਕਿਹਾ ਵੀ ਜ਼ਿੰਦਗੀ ਦਾ ਨਿਬੇੜਾ ਕਰਨ ਲਈ ਮੈਂ ਇੱਕ ਚੀਜ਼ ਤੇਰੀ ਝੋਲੀ 'ਚ ਪਾਤੀ, ਸੰਭਾਲ ਲਈ ਪਾਰਖੀਆਂ ਵੱਤ ਸੰਭਾਲ ਲਈ, ਸ਼ਾਬਾਸ਼ ਜਿਹਦੇ ਰੋਜ਼ ਨੂੰ ਬਾਣੀ ਆਉਂਦੀ, ਪਾਰਖੀਆਂ ਸਾਨੂੰ ਦਿੱਤਾ ਹੈ ਰੋਜ਼, ਸਾਨੂੰ ਵੀ ਦਿੰਦਾ ਹੈ ਉਹ ਚੀਜ਼ ਰੋਜ਼ ਸਾਨੂੰ ਕਹਿੰਦਾ ਹੈ, ਕਿਹੜੀ? ਅੰਮ੍ਰਿਤ ਵੇਲਾ ਰੋਜ਼ ਹੀ ਕਹਿੰਦਾ ਹੈ ਅਸੀਂ ਉਹਦੀ ਕੀਮਤ, ਅੰਮ੍ਰਿਤ ਵੇਲੇ ਦੀ ਕੀਮਤ ਦਾ ਸਾਨੂੰ ਪਤਾ ਨਹੀਂ, ਇੱਥੋਂ ਬਾਹਰ ਜਾ ਕੇ ਸੁੱਚੋਂ ਬਾਹਰ ਸੁੱਟ ਦਿੰਦੇ ਹਾਂ। ਗੁਰੂ ਜਦੋਂ ਬਾਰ ਬਾਰ ਕਹਿੰਦਾ ਹੈ ਵੀ ਅੰਮ੍ਰਿਤ ਵੇਲਾ ਪੁੱਤ ਤੈਨੂੰ ਸਵਾਰ ਕੇ ਰੱਖੂ, ਅਤੇ ਉਸੇ ਵੇਲੇ ਅਸੀਂ
ਬਾਹਰ ਜਾ ਕੇ ਸੁੱਟ ਦਿੰਦੇ, ਅੰਮ੍ਰਿਤ ਵੇਲੇ ਤਾਂ ਹੋ ਕੇ ਕੋਈ ਗੱਲ ਨਹੀਂ, ਆਖੋ ਵਾਹਿਗੁਰੂ। ਉਹਨੇ ਜਦੋਂ ਕਿਹਾ ਇੱਕ ਚੀਜ਼ ਅਤੇ ਅੱਗੋਂ ਮਾਲਕ ਬੋਲਿਆ ਪੁੱਤ ਰੋਟੀ ਰਹਿ ਜਾਏ, ਪਾਣੀ ਰਹਿ ਜਾਏ, ਸੌਣਾ ਰਹਿ ਜਾਏ, ਜਾਣਾ ਰਹਿ ਜਾਏ, ਆਉਣਾ ਰਹਿ ਜਾਏ, ਅੰਮ੍ਰਿਤ ਵੇਲਾ ਨਾ ਛੱਡੀ, ਬਸ ਸਵਾਰ ਕੇ ਰੱਖ ਦਿਉ। ਸੱਚੀ ਮੁੱਚੀ ਪਹਿਲੇ ਜਾਮੇ ਤੋਂ ਛੇ ਜਾਮਿਆਂ, ਛੇ ਮਹਿਲਾਂ ਤੱਕ ਦਰਸ਼ਨ ਹਾਰੀ, ਛੇ ਮਹਿਲਾਂ ਤੱਕ ਐਸਾ ਕਰਮਾਂ ਵਾਲਾ ਸਿੱਖ ਸੀ ਜਿਹਨੇ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ। ਦਰਸ਼ਨ ਹੀ ਨਹੀਂ ਕੀਤੇ, ਨਾਲ ਵੀ ਰਿਹਾ, ਹੈੱਡ ਗ੍ਰੰਥੀ ਸਾਹਿਬ ਵੀ ਰਿਹਾ। ਆਖੋ ਵਾਹਿਗੁਰੂ। ਕੌਣ ਭਲ ਕੌਣ ਭਲਾ? ਬਾਬਾ ਬੁੱਢਾ ਸਾਹਿਬ। ਇੱਕ ਦਿਨ ਸੰਯੋਗ ਬਸ ਮੇਲ ਹੋ ਗਏ ਬਾਬਾ ਬੁੱਢਾ ਸਾਹਿਬ ਦੇ ਅਤੇ ਗੁਰੂ ਸਾਹਿਬ ਦੇ। ਇੱਧਰ ਸਰੀਰ ਵਿੱਚ ਅੱਜ ਗੁਰੂ ਅਰਜਨ ਦੇਵ ਸਾਹਿਬ ਨੇ ਅਤੇ ਬਾਪੂ ਉਹੀ ਆ, ਬੁੱਢਾ ਬਜ਼ੁਰਗ ਬਾਬਾ ਬੁੱਢਾ ਸਾਹਿਬ ਉਸੇ ਜਾਮੇ 'ਚ ਹੀ ਆ। ਇੱਧਰ ਪੰਜਵਾਂ ਹੋ ਗਿਆ ਅਤੇ ਬੜੀ ਮਸਤੀ ਵਿੱਚ ਆਉਣ ਡਿਆ ਸੀ, ਚਿੱਟਾ ਦਾੜਾ ਦਗ ਦਗ ਕਰਦਾ, ਨੂਰੋ ਨੂਰ ਚਿਹਰਾ, ਬਾਬਾ ਐ ਆਵੇ ਪਰਿਕਰਮਾ 'ਚ ਤੁਰਿਆ। ਇੱਧਰੋਂ ਸਰਕਾਰ ਹਰਿਮੰਦਰ 'ਚੋਂ ਉੱਠ ਕੇ ਬਾਹਰ ਆਈ, ਆਖੋ ਵਾਹਿਗੁਰੂ। ਬਾਬਾ ਬੁੱਢਾ ਸਾਹਿਬ ਜੀ ਬੜੀ ਮਸਤੀ ਹੈ, ਬੜੀ ਮਸਤੀ ਸ਼ਾਹੀ ਹੈ, ਤੁਰਦੇ ਹੋ ਅਤੇ ਸੁਣੇ ਕਿ ਜੈਸੇ ਕਿਤੇ ਚਾਲ ਵਿੱਚ ਵੀ ਆਨੰਦ ਹੈ, ਸਾਰੰਗ ਜਿਉਂ ਪੱਗ ਧਰੇ ਠਿਮ ਠਿਮ, ਬੜੇ ਸਵਾਰ ਸਵਾਰ ਕੇ ਕਦਮ ਰੱਖਣ ਡਏ ਹੋ, ਕਿਸੇ ਦੇ ਐ ਰੰਗ ਚ ਰੰਗੇ ਹੋ, ਇਹ ਮਸਤੀ ਕਿੱਥੋਂ ਮਿਲੀ? ਕੀ ਸਵਾਲ ਪੁੱਛਿਆ, ਕਿੱਥੋਂ ਮਿਲੀ? ਅਤੇ ਬਾਬੇ ਨੇ ਆਖਿਆ ਵੀ ਮੈਂ ਤਾਂ ਪਛਾਣਦਾ ਤੁਹਾਨੂੰ, ਆਖੋ ਵਾਹਿਗੁਰੂ। ਸਰੀਰ ਪੰਜਵਾਂ ਹੈ ਨਾ, ਆਪੇ ਚੀਜ਼ ਦੇ ਕੇ ਸਵਾਰਨ ਵਾਲੀ, ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ, ਆਪੇ ਹੀ ਉਹ ਵਸਤੂ ਦੇ ਕੇ ਅਤੇ ਆਪ ਹੀ ਹੁਣ ਪੁੱਛਦੇ ਹੋ ਵੀ ਇਹ ਲਈ ਕਿੱਥੋਂ? ਮੈਂ ਤਾਂ ਤੁਹਾਨੂੰ ਪਛਾਣਦਾ, ਸਰੀਰ ਪੰਜਵਾਂ ਵਿੱਚ ਤਾਂ ਉਹੀ ਬੈਠੇ ਹੋ ਜਿਹਨਾਂ ਨੇ ਚੀਜ਼ ਦਿੱਤੀ ਸੀ। ਗੱਲ ਨਾ ਲਾ ਲਿਆ, ਸੰਭਾਲ ਲਿਆ ਤੂੰ ਇਸ ਗੱਲ ਨੂੰ, ਪਾਰਖੀਆਂ ਵੱਤ। ਫਿਰ ਇੱਕ ਗੱਲ ਕਹਿੰਦਾ ਜੇ ਚੰਗੀ ਤਰ੍ਹਾਂ ਸੁਣ ਲਓ, ਇਤਰਾਂ ਹੋ ਜਾਓ ਥੋੜ੍ਹਾ ਜਿਹਾ ਲਕਸ਼ਦਾ ਕਰਕੇ, ਗੁਰੂ ਸਾਨੂੰ ਵੀ ਰੋਜ਼ ਦਿੰਦਾ ਹੈ, ਅੰਮ੍ਰਿਤ ਵੇਲੇ ਤੋਂ ਥੱਲੇ ਗੁਰੂ ਬੋਲਦਾ ਹੀ ਨਹੀਂ। ਜੇ ਤੁਸੀਂ ਕਹੋ ਵੀ ਗੁਰੂ ਅੱਜ ਕੁਝ ਦੇ ਦੂ, ਕੱਲ੍ਹ ਕੁਝ ਦੇ ਦੂ, ਗੁਰੂ ਜਦੋਂ ਆਉਂਦਾ ਹੈ ਤੁਹਾਨੂੰ ਸੁਣਾਉਂਦਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਗੁਰੂ ਤੁਹਾਨੂੰ ਅਤੇ ਮੈਨੂੰ ਸੁਣਾਉਂਦਾ ਹੈ ਕਿਸੇ ਨਾ ਕਿਸੇ ਸ਼ਬਦ ਵਿੱਚ, ਅੰਮ੍ਰਿਤ ਵੇਲੇ ਦਾ ਜ਼ਿਕਰ ਕਰਦਾ ਹੈ, ਚਲਾਂਗੇ ਉੱਠ ਜ਼ਿਕਰ ਕਰਦਾ ਹੈ। ਮਗਰ ਅਸੀਂ ਉਸ ਹੀਰੇ ਨੂੰ, ਉਹ ਬਜ਼ੁਰਗ ਬਾਬਾ ਬੁੱਢਾ ਸਾਹਿਬ 125-30 ਸਾਲ ਦੇ ਪੀਰੀਅਡ ਵਿੱਚ, 24 ਸਾਲ ਦੇ ਪੀਰੀਅਡ ਵਿੱਚ ਇੱਕ ਦਿਨ ਵੀ ਬਾਬਾ ਬੁੱਢਾ ਸਾਹਿਬ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ, ਕਿਉਂਕਿ ਗੁਰੂ ਦੇ ਗਿਆ ਸੀ, ਗੁਰੂ ਦੇ ਗਿਆ ਸੀ। ਗੁਰੂ ਦੀ ਦਿੱਤੀ ਵਸਤੂ ਨੂੰ ਆਪਾਂ ਕਿੰਨਾ ਕੁ ਫੜਦੇ, ਹਰ ਗੁਣ ਗਾਵੋ ਸਦਾ ਸਿਪਾਹੀ। ਅੱਜ ਤੁਸੀਂ ਇਹ ਫੜ ਕੇ ਲੈ ਜਾਓ, ਸਦਾ ਸਦਾ ਗਾਓ ਵਾਹਿਗੁਰੂ 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 ਭਾਗਾਂ ਵਾਲੇ ਭਾਗਾਂ ਵਾਲੇ ਵਾਹਿਗੁਰੂ 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 ਸਮਾਲ ਲੋ ਵੀ ਸਮਾਲ ਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
5 ਵਜੇ ਦਾ ਟਾਈਮ ਅਤੇ ਸਾਹਿਬੇ ਕਮਾਲ ਪਾਤਸ਼ਾਹ 19 ਸਾਲ ਦੀ ਉਮਰ ਹੈ। ਕਿੰਨੀ? ਪਹਿਲਾ ਜੰਗ ਜਿੱਤਿਆ, ਭੰਗਾਣੀ ਦਾ ਪਹਿਲਾ ਜੰਗ ਜਿੱਤਿਆ। ਜੰਗ ਜਿੱਤ ਕੇ ਆਏ, ਇਸ਼ਨਾਨ ਪਾਣੀ ਕੀਤਾ, ਸਤਸੰਗਤ ਵਿੱਚ ਬੈਠੇ, ਕਿਸੇ ਨੇ ਆਣ ਕੇ ਕੰਨ 'ਚ ਆਖਿਆ ਸਤਿਗੁਰੂ ਵਧਾਈਆਂ ਹੋ, ਸਤਿਗੁਰੂ। ਸਾਹਿਬ ਜੀ ਕਹਿੰਦੇ ਉਹਦੀਆਂ ਵਧਾਈਆਂ, ਉਹਦੇ ਉਹ ਸਿੱਖ ਦੇ ਮੂੰਹ 'ਚੋਂ ਸੁਣਨ ਲਈ ਉਹਦੀਆਂ ਵਧਾਈਆਂ ਅਤੇ ਉਹਨੂੰ ਦਿਓ, ਮੈਨੂੰ ਕਾਹਦੀਆਂ? ਪਈ ਜੀਤ ਮੇਰੀ ਕਿਰਪਾ ਕਾਲ ਕੇਰੀ। ਕਹਿੰਦੇ ਮਹਾਰਾਜ, ਜੰਗ ਜਿੱਤਣ ਦੀਆਂ ਵਧਾਈਆਂ ਤੋਂ ਇਲਾਵਾ ਵੀ ਇੱਕ ਵਧਾਈ ਹੈ, ਤੁਹਾਡੇ ਘਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾਤੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਅੰਸ਼ ਬੰਸ ਵਿੱਚ ਪੋਤਰੇ ਦੀ ਦਾਤ ਬਖਸ਼ੀ, ਪੋਤਰੇ ਦੀ ਦਾਤ ਬਖਸ਼ੀ। ਗੀਤ ਗਾਏ ਗਏ ਖੁਸ਼ ਦੇ, ਕੀਰਤਨ ਹੋਇਆ, ਸਾਡੇ ਵਾਂਗੂ ਨਹੀਂ ਵੀ ਹੋਟਲ ਬੁੱਕ ਕਰਾ ਲਿਆ, ਮਾਂ ਨੇ ਕੇਸ ਖੋਲ੍ਹਤੇ, ਪਿਓ ਨੇ ਦਾੜੀ ਰੰਗ ਲਈ, ਸ਼ਰਾਬ ਆ ਗਈ, ਮੀਟ ਆ ਗਏ, ਪੁੱਤ ਆ ਗਿਆ ਨਾ। ਉਹਨੇ ਗਲਤੀ ਕੀਤੀ ਨਾ ਦਾਤ ਦੇ ਕੇ, ਜੇ ਦਾਤ ਦੇ ਕੇ ਤੂੰ ਵਿਗੜਨਾ ਹੀ ਸੀ ਅਤੇ ਉਹਨੇ ਬਹੁਤ ਵੱਡੀ ਗਲਤੀ ਕੀਤੀ ਤੈਨੂੰ, ਵੀ ਤੂੰ ਚੰਗਾ ਭਲਾ ਵੀ ਨੱਚਣ ਲੱਗ ਪਿਓ, ਚੰਗਾ ਭਲਾ ਵੀ ਤੂੰ ਹੋਟਲਾਂ 'ਚ ਜਾ ਕੇ ਆਪਣੀ ਬਰਬਾਦੀ ਕਰਨ ਲੱਗ ਪਿਆ। ਗਰੀਬ ਨਿਵਾਜ ਪਾਤਸ਼ਾਹ ਨੇ ਉਸੇ ਵੇਲੇ ਕਿਹਾ, ਰਾਗੀ ਸਾਹਿਬ ਸੱਦੋ, ਕੀਰਤਨ ਆਰੰਭ ਕਰੋ, ਉਸ ਮਾਲਕ ਦਾ ਸ਼ੁਕਰ ਕਰੀਏ, ਸ਼ਬਦ ਪੜ੍ਹੋ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮੈਂ ਆਏ ਕੀਆ ਵਿਗਾਸ, ਮਾਤਾ ਕੇ ਮਨ ਬਹੁਤ ਵਿਗਾਸ, ਵਧੀ ਵੇਲ ਧਰਮ ਕਲਾ, ਮਨ ਚੰਦਿਆ ਸਤਿਗੁਰੂ ਦਵਾਇਆ, ਪੈ ਚਿੰਤ ਏਕ ਲਿਵ ਲਾਇਆ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕਿੰਨੀ ਦਾਤ। ਇਹ ਗੁੱਜੀ ਛੰਨੀ ਗੱਲ ਨਹੀਂ, ਨਾ ਮੇਰੀ ਵਡਿਆਈ, ਨਾ ਸੁੰਦਰ ਕੌਰ ਦੀ ਵਡਿਆਈ, ਇਹ ਸਤਿਗੁਰ ਸੱਚੇ ਨੇ, ਗੁਰੂ ਨਾਨਕ ਤੁੱਠਾ ਅਤੇ ਕਿੰਨੀ ਦਾਤ। ਕੀਰਤਨ ਦਾ ਭੋਗ ਪੈ ਗਿਆ, ਸਤਿਗੁਰੂ ਆਵਾਜ਼ ਆਈ ਮਹਿਲਾਂ 'ਚੋਂ, ਅੱਖ ਵਾਹਿਗੁਰੂ, ਨਾਮ ਕੀ ਰੱਖੀਏ? ਕਹਿੰਦੇ ਜੰਗ ਜਿੱਤ ਕੇ ਆਏ ਹਾਂ, ਅਜੀਤ 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 ਸਿੰਘ ਨਾਮ ਰੱਖੋ, ਨਾਮ ਅਜੀਤ ਸਿੰਘ ਰੱਖਿਆ। ਅਤੇ ਜਿੱਦਣ 18 ਸਾਲਾਂ ਦਾ ਹੋ ਕੇ ਬਾਪ ਦੀ ਗਲਵਕੜੀ 'ਚੋਂ ਨਿਕਲ ਕੇ ਜਾਣ ਲੱਗਾ ਹੈ, ਆਖੋ ਹੇ ਗੁਰੂ ਨਮੋ ਯੁੱਧ ਯੁੱਧੇ ਵਿੱਚ ਚੱਲਿਆ ਹੈ, ਉਦਣ ਵੀ ਕਿਹਾ ਬਾਪੂ ਨੇ, ਪੁੱਤਰਾ 10 ਲੱਖ ਦੇ ਘੇਰੇ 'ਚ ਚੱਲਿਆ, ਆਪਣੇ ਆਪ ਨੂੰ ਸੰਭਾਲ ਕੇ ਇੱਕ ਗੱਲ ਬਾਪ ਦੀ ਚੇਤੇ ਰੱਖੀ, ਕਾਲਾ ਹੋ ਕੇ ਨਾ ਲੜੀ। ਇਹ ਤਾਂ ਗੱਲਾਂ ਕੋਈ ਨਹੀਂ ਕਹਿੰਦਾ, ਕੀ ਕਿਹਾ ਸਮਝ ਰਹੇ ਹੋ? ਕਾਲਾ ਹੋ ਕੇ ਨਾ ਲੜੀ, ਲੜਨ ਵਿੱਚ ਵੀ ਸਹਿਜ ਰਹੇ। ਜਿਸ ਸਿੱਖ ਦੀ ਲੜਾਈ ਵਿੱਚ ਵੀ ਸਹਿਜ ਆ, ਉਹ ਲੜਾਈ ਕਦੀ ਜ਼ੁਲਮ ਦੀ ਲੜਾਈ ਨਹੀਂ ਹੋ ਸਕਦੀ। ਆਖੋ ਹੇ ਗੁਰੂ, ਤੁਹਾਡੇ ਸਾਹਮਣੇ ਕੀ ਤਮਾਸ਼ੇ ਕੀਤੇ, ਕਿਸੇ ਨੂੰ ਅੱਤਵਾਦੀ, ਕਿਸੇ ਨੂੰ ਪਾਕਿਸਤਾਨੀ, ਕਿਸੇ ਨੂੰ ਕੁਛ ਕਿਹਾ, ਸਹਿਜ ਗਵਾਚ ਗਿਆ ਨਾ। ਅਤੇ ਹੁਣ ਚੈਨਲ ਬੋਲਣ ਡਿਆ ਵੀ ਤੁਹਾਡੀ ਭਾਸ਼ਾ ਹੀ ਗਿਰ ਗਈ ਸੀ, ਤੁਸੀਂ ਹਾਰਨਾ ਹੀ ਹਾਰਨਾ ਸੀ। ਜਿਸ ਬੰਦੇ ਦਾ ਸ਼ਬਦ ਗਿਰ ਜਾਂਦਾ ਹੈ, ਸਮਝ ਲਓ ਇਹਨੇ ਹਾਰਨਾ ਹੀ ਹਾਰਨਾ ਹੈ। ਜਿੱਤ ਉਹਦੀ ਹੁੰਦੀ ਜਿਹੜਾ ਲੜਾਈ ਦੇ ਵਿੱਚ ਵੀ ਸ਼ਬਦ ਨਾ ਵਿਗਾੜੇ। ਜੇ ਕੋ ਆਖੇ ਬੋਲ ਵਿਗਾੜ, ਸਰਟੀਫਿਕੇਟ ਦੇ ਦਿੱਤਾ ਵੀ ਇਹ ਗਵਾਰਾਂ ਦਾ ਗਵਾਰ ਆ,
ਤੂੰ ਕਹਿੰਦਾ ਸਾਂ ਮੇਰੇ ਕੋਲ ਫੋਰਸਾਂ ਨੇ, ਤੂੰ ਕਹਿੰਦਾ ਸੀ ਮੇਰੇ ਕੋਲ ਤਾਂ ਪੈਰਾਮਿਲਟਰੀਆਂ ਨੇ, ਮੇਰੇ ਕੋਲ ਫਲਾਣ, ਮੈਨੂੰ ਕੌਣ ਹਰਾ ਸਕਦਾ, ਮੇਰੇ ਕੋਲ ਪੈਸਾ, ਮੇਰੇ ਕੋਲ ਦਿਮਾਗ, ਮੇਰੇ ਕੋਲ ਸਾਰਾ ਸਿਸਟਮ, ਅਦਾਲਤਾਂ ਮੇਰੀਆਂ, ਹਰਾ ਤੱਕ ਨਹੀਂ ਉਹਨੇ। ਬੋਲੋ ਨਾ ਗੁਰੂ ਕੇ ਸਿੱਖੋ, ਹੈ ਨਾ ਫਿਰ ਪਾਵਰ ਕੋਈ, ਤੇ ਨਾਮ ਵੀ ਆਪ। ਦੇਖਣਾ ਵੇ ਆਪ, ਜਿੱਥੇ ਖੇਲ ਵਿਗੜ ਜਾਵੇ ਫਿਰ ਦੇਖਣਾ ਵੇ ਮਾਲਕ ਆਪ ਆਉਂਦਾ ਜਿੱਥੇ ਖੇਲ ਵਿਗੜ ਗਏ ਹੁਣ, ਤੇ ਪੂਰਾ ਹੀ ਪੂਰਾ ਹੀ ਪੂਰਾ ਹੀ ਮਾਂਜਾ ਫੇਰ ਕੇ ਵਿਖਾਇਆ ਫਿਰ ਉਹਨੇ। ਲੈ ਇੰਨਾ ਹੰਕਾਰ ਸੀ ਨਾ, ਮੈਨੂੰ ਕੋਈ ਨਹੀਂ ਹਰਾ ਸਕਦਾ, ਮੇਰੇ ਕੋਲ ਸਾਰਾ ਸਿਸਟਮ ਆ, ਮੈਂ ਜਿਹਨੂੰ ਮਰਜ਼ੀ ਗੱਲ 'ਚ ਟਾਇਰ ਪਾ ਕੇ ਸਾੜ ਸਕਦਾ, ਮੈਂ ਜਿਹਨੂੰ ਮਾਰ ਸਕਦਾ। ਮੇਰਾ ਸਤਿਗੁਰੂ ਨੇ ਪ੍ਰਤੱਖ ਵਿਖਾਇਆ, ਆ ਮੈਂ ਇਸ ਤਰ੍ਹਾਂ ਵੀ ਕਰ ਸਕਦਾ। ਪਿਤਾ ਜੀ ਨੇ ਕਿਹਾ ਜੰਗ ਦੇ ਵਿੱਚ ਜਾਣ ਲੱਗਾ ਵੀ ਸਹਿਜ ਨਾ ਛੱਡੀ ਪੁੱਤਰਾ, ਅਤੇ ਬਾਪ ਦੇ ਗਲ 'ਚ ਬਾਹਵਾਂ ਪਾ ਕੇ ਆਖਿਆ ਪਿਤਾ ਜੀ ਤੁਸੀਂ ਮੇਰਾ ਨਾਮ ਅਜੀਤ ਸਿੰਘ ਰੱਖਿਆ ਹੈ, ਨਾਮ ਕਾ ਅਜੀਤ ਹੂੰ, ਨਾਮ ਕਾ ਅਤੇ ਅਜੀਤ ਦਾ ਤਾਂ ਮਤਲਬ ਹੁੰਦਾ ਅਜੀਤ ਹੈ, ਅਪਜੀਤ ਹੈ। ਪਿਤਾ ਜੀ ਜਾਪ ਸਾਹਿਬ ਦੇ ਵਿੱਚੋਂ ਤੁਸੀਂ ਚੁੱਕ ਕੇ ਨਾਲ ਜਿੱਥੇ ਅਜੀਤ ਰੱਖਿਆ ਉੱਥੇ ਵੀ ਕਿਹਾ ਤੂੰ ਭੈ ਭੀਤ ਵੀ ਨਹੀਂ ਹੋ ਸਕਦਾ, ਅਪਜੀਤ ਭੈ ਭੀਤ ਨਾ ਹੋਣ ਵਾਲਾ। ਅਖਵੇ ਗੁਰੂ ਅਤੇ ਤੁਸੀਂ ਆਪਣੇ ਪੁੱਤ ਨੂੰ ਭੇਜੋ, ਮੈਂ ਥੋੜ੍ਹਾ ਲੜਨਾ ਹੈ, ਲੜਨਾ ਤਾਂ ਤੁਹਾਡੀ ਅਸੀਸ ਨੇ ਆ, ਤੁਹਾਡੀ ਅੱਖਾਂ ਦੇ ਵਿੱਚੋਂ ਸੁੱਟੀ ਹੋਈ ਉਸ ਸ਼ਕਤੀ ਨੇ ਲੜਨਾ ਹੈ, ਅਤੇ ਤੁਸੀਂ ਮੈਨੂੰ ਅਸੀਸ ਦੇ ਕੇ ਭੇਜੋ। ਮਹਾਰਾਜ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਤੁਸੀਂ ਵਰਤਣਾ ਹੈ, ਮੈਂ ਕੌਣ ਹਾਂ ਅਜੀਤ ਸਿੰਘ ਇਹ ਕਹਿਣ ਵਾਲਾ ਵੀ ਮੈਂ ਸਹਿਜ ਰੱਖੂੰਗਾ, ਸਹਿਜ ਵੀ ਤੁਸੀਂ ਰਖਾਉਣਾ ਹੈ। ਜਦੋਂ ਬੰਦਾ ਕਿਸੇ 'ਤੇ ਦਰਿਆ ਵਿੱਚ ਤੁਸੀਂ ਛਾਲ ਮਾਰਦੇ ਹੋ, ਅਖਵੇ ਗੁਰੂ ਦਰਿਆ ਤੁਹਾਨੂੰ ਡੋਬਣ ਦੀ ਉਹਨਾਂ ਚਿਰ ਕੋਸ਼ਿਸ਼ ਕਰਦਾ ਜਿੰਨਾ ਚਿਰ ਤੁਸੀਂ ਪਾਣੀ ਨਾਲ ਲੜਦੇ ਹੋ, ਪਾਣੀ ਨਾਲ। ਜਦੋਂ ਪਾਣੀ ਦੇ ਸਮਾਪਤਾਵਕ ਚੱਲ ਪੈਂਦੇ ਹੋ, ਨਹੀਂ ਪਤਾ ਲੱਗਾ ਜਿੱਧਰ ਨੂੰ ਪਾਣੀ ਜਾ ਰਿਹਾ ਉੱਧਰ ਨੂੰ, ਜੇ ਆਪਾਂ ਸਾਰੀ ਆਪਣੀ ਕੋਸ਼ਿਸ਼ ਛੱਡ ਕੇ ਤੁਰ ਪਈਏ ਤਾਂ ਬੰਦਾ ਡੁੱਬਦਾ ਨਹੀਂ, ਪਾਣੀ ਨਾਲ ਨਾਲ ਲਈ ਜਾਂਦਾ ਹੈ ਅਤੇ ਟਿਕਾਣੇ 'ਤੇ ਲੈ ਜਾਂਦਾ ਹੈ। ਬਾਬਾ ਅਜੀਤ ਸਿੰਘ ਸਾਹਿਬ ਸਹਿਜ ਵਿੱਚ ਤੇਗਾ ਵਾਹਿਆ, ਸਹਿਜ ਵਿੱਚ ਬਰਛਾ ਵਾਹਿਆ, ਸਹਿਜ ਵਿੱਚ ਚੱਕਰ ਚਲਾਏ। ਇੱਕ ਪਠਾਨ ਸਾਹਮਣੇ ਆ ਗਿਆ, ਅਖੋ ਵਾਹਿਗੁਰੂ ਬਾਬੇ ਅਜੀਤ ਸਿੰਘ ਦਾ ਉਹ ਸਰੂਪ ਵੇਖਿਆ ਵੀ ਉਹਨੂੰ ਚਿਹਰੇ ਤੋਂ ਕਾਲ ਦਿਸਿਆ ਪਠਾਨ ਨੂੰ, ਵੀ ਜਿਸ ਤਰ੍ਹਾਂ ਇਹ ਤੇਗਾ ਵਾਹੁੰਦਾ ਆਉਂਦਾ ਹੈ, ਅਖੋ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਜਿਸ ਤਰ੍ਹਾਂ, ਜੇ ਮੇਰੀ ਇਹ ਜਿੰਦੇ ਇਹ ਤੇਗਾ ਮੇਰੇ ਸਿਰ 'ਚ ਵੱਜ ਗਿਆ ਤਾਂ ਮੇਰੇ ਦੋ ਫਾੜ ਹੋਣੇ ਸੁਭਾਵਿਕ ਆ, ਕਿਉਂਕਿ ਅੱਖਾਂ ਦੇ ਸਾਹਮਣੇ ਲੋਹੇ ਦੇ ਟੋਪਾਂ ਨੂੰ ਵੀ ਵੱਢੀ ਜਾਂਦੀ ਸੀ ਬਾਬਾ ਅਜੀਤ ਸਿੰਘ ਦੀ ਤਲਵਾਰ। ਰੂਹਾਨੀ ਸ਼ਕਤੀ ਲੜ ਰਹੀ ਸੀ ਨਾ, ਨਿਤਨੇਮ ਲੜ ਰਿਹਾ ਸੀ ਨਾ, ਮਾਸ ਥੋੜ੍ਹਾ ਲੜ ਰਿਹਾ ਸੀ, ਮੱਛੀ ਦੇ ਆਂਡੇ ਥੋੜ੍ਹੇ ਲੜ ਰਹੇ ਸੀ, ਨਿਤਨੇਮ ਲੜ ਰਿਹਾ ਸੀ, ਨਿਤਨੇਮ ਦੀ ਕਮਾਈ ਸੀ। ਆਖੋ ਵਾਹਿਗੁਰੂ ਇੰਨੇ ਜ਼ੋਰ ਨਾਲ ਮਾਰਦੇ ਸੀ ਵੀ ਇੱਥੋਂ ਲੋਹੇ ਸਮੇਤ ਚੜੇ ਹੋਏ ਲੋਹੇ ਦੇ ਵਿੱਚ ਵੀ ਸੂਰਮੇ ਅੱਧ 'ਚੋਂ ਵੱਢ ਵੱਢ ਕੇ ਸੁੱਟੀ ਜਾਂਦਾ ਸੀ। ਜਦੋਂ ਸਾਹਮਣੇ ਆਇਆ ਆਖੋ ਵਾਹਿਗੁਰੂ ਅਤੇ ਸਾਹਮਣੇ ਆਣ ਕੇ ਤਲਵਾਰ ਆਉਂਦੀ ਵੇਖੀ ਅੰਦਰੋਂ ਟੁੱਟ ਗਿਆ, ਹੈ ਮੇਰੀ ਵਾਰੀ ਵੀ ਆ ਗਈ, ਯਾ ਖੁਦਾ ਜੇ ਅੱਜ ਅਜੀਤ ਸਿੰਘ ਤੋਂ ਬਚਾ ਲਏ ਤਾਂ ਮੈਂ ਜੰਗ ਹੀ ਨਾ ਕਰਾਂ, ਮੈਂ ਅੱਜ ਤੋਂ ਜੰਗ ਕਰਨੀ ਛੱਡ ਹੀ ਦਾਂ, ਜੇ ਤੂੰ ਅੱਜ ਕਿਤੇ ਇਹਦੇ ਤੇਗੇ ਤੋਂ ਮੈਨੂੰ ਬਚਾ ਲੈ। ਸਾਹਮਣੇ ਆ ਗਿਆ,
ਆਖੋ ਵਾਹਿਗੁਰੂ। ਇੱਧਰੋਂ ਇੰਨੀ ਗੱਲ ਕਹੀ ਵੀ ਜੇ ਤੂੰ ਮੈਨੂੰ ਬਚਾ ਲਿਆ ਤਾਂ ਮੈਂ ਕਦੀ ਜੰਗ ਨਾ ਕਰਾਂ। ਉੱਧਰੋਂ ਬਾਬਾ ਅਜੀਤ ਸਿੰਘ ਦੇ ਘੋੜੇ ਦੀ ਲਗਾਮ ਦੂਸਰੇ ਪਾਸੇ ਨੂੰ ਮੋੜ ਕੇ ਚਲੇ ਗਿਆ। ਬਚਾਉਣ ਵਾਲੇ ਨੇ ਉਹਨੂੰ ਬਚਾ ਲਿਆ ਜਿਹਦੇ ਅੱਗੇ ਦੁਆ ਕੀਤੀ ਸੀ ਉਹਨੇ। ਗੁਰਪੂਰੇ ਰਾਖਿਆ ਦੇ ਹੱਥ ਦੇ ਕੇ ਰੱਖ ਲਿਆ। ਆਉਂਦਾ ਸੀ ਮੈਂ ਜੰਗ ਨਹੀਂ ਕਰੂੰ। ਇੱਧਰੋਂ ਗਰੀਬ ਨਵਾਜ ਰਾਤ ਨੂੰ ਨਿਕਲ ਗਏ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਸੌਂ ਕੇ। ਸਵੇਰੇ ਗਰੀਬ ਨਵਾਜ ਪਾਤਸ਼ਾਹ ਮਾਛੀਵਾੜੇ ਨੂੰ ਜਦੋਂ ਛੱਡ ਕੇ ਚੱਲੇ ਅਤੇ ਅੱਗੇ ਜਿਹੜਾ ਨਾਕਾ ਲੱਗਾ ਸੀ ਉੱਥੇ ਉਹੋ ਹੀ ਪਠਾਣ ਇੰਚਾਰਜ ਸੀ। ਆਖੋ ਵਾਹਿਗੁਰੂ, ਉੱਚੀ ਬੋਲੋ। ਅਤੇ ਉਹਨੇ ਕਿਹਾ ਰੱਖੋ ਬਈ, ਪਾਲਕੀ ਥੱਲੇ ਰੱਖੋ। ਸੁਣ ਰਹੇ ਹੋ? ਪਾਲਕੀ ਥੱਲੇ ਰੱਖੋ। ਕਿਉਂ ਜੀ? ਮੈਂ ਚੈੱਕ ਕਰੂੰਗਾ ਪਾਲਕੀ ਚੁਕਾਉਣ। ਉਹਨਾਂ ਨੇ ਕਿਹਾ ਸਾਡਾ ਪੀਰ ਆ, ਸਾਡਾ ਉੱਚਦਾ ਪੀਰ ਆ। ਨਹੀਂ ਨਹੀਂ, ਮੈਂ ਨਹੀਂ ਮੰਨਦਾ, ਰੱਖੋ, ਮੈਂ ਚੈੱਕ ਕਰਨਾ। ਇਸ ਤਰ੍ਹਾਂ ਕੱਪੜਾ ਹਟਾਇਆ, ਧਿਆਨ ਦਿਓ, ਇਸ ਤਰ੍ਹਾਂ ਕੱਪੜਾ ਹਟਾ ਕੇ ਮੂੰਹ ਅੰਦਰ ਪਾਇਆ। ਤੁਸੀਂ ਪੀਰ ਹੋ? ਇਸ ਤਰ੍ਹਾਂ ਬੈਠੋ, ਤੁਸੀਂ ਪੀਰ ਹੋ? ਅਤੇ ਸਾਹਿਬ ਨੇ ਨਹੀਂ ਕਿਹਾ ਮੈਂ ਪੀਰ ਹਾਂ। ਸਾਹਿਬ ਨੇ ਕਿਹਾ ਜਦੋਂ ਅਜੀਤ ਸਿੰਘ ਦੀ ਤਲਵਾਰ ਸਿਰ 'ਤੇ ਆਈ ਸੀ ਕਿਹਦੇ ਅੱਗੇ ਦੁਆ ਕੀਤੀ ਸੀ ਉਹ? ਆਖੋ ਵਾਹਿਗੁਰੂ। ਪਕੜ ਨਹੀਂ ਰਹੇ? ਜਦੋਂ ਤਲਵਾਰ ਸਿਰ 'ਤੇ ਆ ਗਈ ਸੀ ਕਿਹਦੇ ਅੱਗੇ ਦੁਆ ਕੀਤੀ ਸੀ? ਖੁਦਾ ਅੱਗੇ। ਫਿਰ ਇਸ ਗੱਲ ਦਾ ਖੁਦਾ ਤੋਂ ਅਤੇ ਤੇਰੇ ਤੋਂ ਬਿਨਾਂ ਕਿਹਨੂੰ ਪਤਾ ਹੈ? ਪੈਰਾਂ 'ਤੇ ਡਿੱਗ ਪਿਆ। ਅੱਜ ਉਸ ਮਹਾਨ ਸੂਰਬੀਰ ਬਾਬਾ ਅਜੀਤ ਸਿੰਘ ਸਾਹਿਬ ਸਾਡਾ ਰੋਲ ਮਾਡਲ, ਭਗਵੰਤ ਮਾਨ ਨੂੰ, ਹਰਭਜਨ ਮਾਨ ਨੂੰ, ਅਤੇ ਫਲਾਣੇ ਮੂਸੇ ਵਾਲੇ ਨੂੰ, ਅਤੇ ਢੀਂਗੜੇ ਵਾਲੇ ਨੂੰ ਰੋਲ ਮਾਡਲ ਨਾ ਬਣਾਓ। ਤੁਹਾਡਾ ਰੋਲ ਮਾਡਲ ਬਾਬਾ ਅਜੀਤ ਸਿੰਘ ਸਾਹਿਬ ਹੈ। ਜਿਹੜਾ 18 ਸਾਲ ਦੀ ਉਮਰ ਵਿੱਚ ਪੁਰਜਾ ਪੁਰਜਾ ਕੱਟ ਕੇ ਚਮਕੌਰ ਦੀ ਧਰਤੀ ਦੇ ਉੱਤੇ ਡਿੱਗਾ, ਉਹ ਸਾਡਾ ਰੋਲ ਮਾਡਲ ਆ। ਧਰਮ ਲਈ ਸੂਰਾ ਸੋ ਪਹਿਚਾਨੀਏ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ, ਚਮਕ ਹੈ ਚਮਕੌਰ, ਮੇਰ ਕੀ ਤੇਰੇ ਜ਼ਰੋਂ ਮੇਂ ਜ਼ਰੋਂ ਮੇਂ। ਮਿੱਟੀ ਦੇ ਇੱਕ ਕਿਣਕੇ 'ਚ ਜਿੰਨਾ ਚਿਰ ਧਰਤੀ ਰਹੂਗੀ ਉਨਾ ਚਿਰ ਇੱਕ ਕਿਣਕੇ 'ਚੋਂ ਬਾਬਾ ਅਜੀਤ ਸਿੰਘ ਦੀ ਸੂਰਤ ਦਿਸਦੀ ਰਹੂਗੀ, ਚਮਕੌਰ ਸਾਹਿਬ ਦੀ। ਆਖੋ ਵਾਹਿਗੁਰੂ। ਅੱਜ ਉਹਨਾਂ ਮਹਾਨ ਸੂਰਬੀਰਾਂ ਦਾ ਆਗਮਨ ਹੈ। ਕੋਸ਼ਿਸ਼ ਕਰੋ, ਵਧਾਈਆਂ ਦੇ ਕੇ ਨਾ ਚੱਲ ਜਾਓ। ਆਪਣੇ ਪੁੱਤਰਾਂ ਨੂੰ ਉਹ ਤਰ੍ਹਾਂ ਦੀ ਪਰਵਰਿਸ਼ ਕਰਾਓ ਜਿਸ ਤਰ੍ਹਾਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਕੌਰ, ਮਾਤਾ ਅਜੀਤ ਕੌਰ ਅਤੇ ਮਾਤਾ ਸੁੰਦਰ ਕੌਰ ਨੇ ਕਰਾਈ, ਨਿਤਨੇਮ ਕੰਠ ਕਰਾਇਆ। ਆਖੋ ਵਾਹਿਗੁਰੂ। ਅੰਮ੍ਰਿਤ ਵੇਲੇ ਉੱਠਣ ਦੀ ਸਿੱਖਿਆ ਦਿੱਤੀ। ਜਿੰਨਾ ਚਿਰ ਜਿਹੜੇ ਬੂਟੇ ਨੂੰ ਆਪਾਂ ਆਸ਼ਕ ਹੋ ਜਾਈਏ ਵੀ ਇਹ ਬੂਟਾ ਬੜਾ ਸੋਹਣਾ ਹੈ, ਅਤੇ ਫਿਰ ਇਹ ਵੀ ਪੁੱਛੀਦਾ ਵੀ ਇਹ ਬੂਟਾ ਜੇ ਮੈਂ ਆਪਣੀ ਕਿਆਰੀ 'ਚ ਜਾ ਕੇ ਖੜ੍ਹਾਂ ਅਤੇ ਇਹਦੀ ਧਿਆਨ ਕਿਹੜੀ ਕਿਹੜੀ, ਗਰਮੀ ਤੋਂ ਕਿੱਥੋਂ ਬਚਾਉਣਾ ਹੈ, ਰੇਹ ਕਿਹੜੀ ਪਾਉਣੀ ਆ, ਪਾਣੀ ਕਿੰਨੀ ਵਾਰ ਦੇਣਾ, ਪੁੱਛੀਦਾ ਕਿ ਨਹੀਂ? ਜੇ ਤੁਸੀਂ ਸੋਚਦੇ ਹੋ ਵੀ ਬਾਬਾ ਅਜੀਤ ਸਿੰਘ ਵਰਗਾ ਮੇਰਾ ਪੁੱਤਰ ਹੋਵੇ ਤਾਂ ਗੁਰੂ ਨੂੰ ਇਹ ਵੀ ਪੁੱਛੋ ਤੁਸੀਂ ਕੀ ਕਰਾਉਂਦੇ ਰਹੇ ਜੀ? ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣਗੇ ਪਹਿਲੋਂ ਵਡੇਰਿਆਂ ਦਾ ਬਚਨ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭੜ ਕੇ ਉੱਠ, ਹਰ ਨਾਮ ਧਿਆਵੇ, ਕਾਮ ਕਰੋ ਲੋਭ ਝੂਠ ਤੋਂ ਉੱਤੇ ਉੱਠ ਕੇ, ਤਾਂ ਇਹੋ ਜਿਹੀ ਜ਼ਿੰਦਗੀ ਬਣਨੀ। ਜੇ ਤੁਸੀਂ
ਗੱਲਾਂ ਨਾਲ ਕਹੋ ਬਾਬਾ ਅਜੀਤ ਸਿੰਘ ਸਾਡਾ ਭਰਾ ਵਾ, ਮੈਂ ਕਹਾਂ ਬਾਬਾ ਅਜੀਤ ਸਿੰਘ, ਅਤੇ ਮੈਨੂੰ ਸਭ ਤੋਂ ਪਹਿਲਾਂ ਇਹ ਕਰਨਾ ਪੈਣਾ ਵੀ ਆਪਣਾ ਬੱਚਾ ਜੇ ਮੈਂ ਅਜੀਤ ਸਿੰਘ ਵਰਗਾ ਬਾਬਾ ਜੀ ਵਰਗਾ ਪਾਲਣਾ ਹੈ ਅਤੇ ਮੈਂ ਆਪਣੇ ਬੱਚੇ ਨੂੰ ਨਿਤਨੇਮ ਕਰਾਵਾਂ। ਤੁਸੀਂ ਕਰਾ ਸਕਦੀਆਂ ਜੇ, ਕਰਾ ਸਕਦੀਆਂ ਜੇ, ਟਾਈਮ ਹੈਗਾ ਆ ਜੇ ਤੁਹਾਡੇ ਕੋਲ, ਆਖ ਵਾਹਿਗੁਰੂ, ਤੁਸੀਂ ਇਹਨਾਂ ਕੋਲ ਸਮਾਂ ਨਹੀਂ ਹੈਗਾ, ਹੈਗਾ ਸਮਾਂ, ਹੈਗਾ ਸਮਾਂ, ਖੋਲੋ ਹੱਥ ਵਿੱਚੋਂ ਫੋਨ, ਖੋਲੋ ਹੱਥ ਵਿੱਚੋਂ ਫੋਨ ਬੱਚੇ ਦੇ ਚੋਂ, ਦੋ ਕੁ ਮਿੰਟ ਲਈ ਰਹੂਗਾ, ਸਦਾ ਲਈ ਹੱਸ ਪਊਗਾ। ਜੇ ਤੁਸੀਂ ਇਹ ਵੇਖਿਆ ਵੀ ਹੁਣ ਜੇ ਮੈਂ ਇਹਦੇ ਹੱਥ ਵਿੱਚੋਂ ਫੋਨ ਖੋਇਆ ਤੇ ਰੋਊ ਤੇ ਸਾਰਾ ਜੀਵਨ ਰੋਊਗਾ, ਅੱਖਾਂ ਖਰਾਬ ਹੋ ਜਾਣਗੀਆਂ, ਗੰਦੀਆਂ ਗੱਲਾਂ ਸਿੱਖ ਲਊਗਾ। ਇਹਦੇ ਹੱਥ ਵਿੱਚ ਰਹਿਤ ਮਰਿਆਦਾ ਦੀ ਕਾਪੀ ਫੜਾਓ, ਇਹਦੇ ਹੱਥ ਵਿੱਚ ਬਾਣੀ ਫੜਾਓ, ਸਿਮਰਨ ਫੜਾਓ, ਤਾਂ ਕਿ ਜ਼ਿੰਦਗੀ ਹੱਸ ਸਕੇ, ਜ਼ਿੰਦਗੀ ਖੇਡ ਸਕੇ। ਅੱਜ ਵਾਲੀ ਪੌੜੀ ਹੁਣ ਵਿਚਾਰ ਲਈਏ, ਵਧਾਈਆਂ ਤੁਹਾਨੂੰ ਲੱਖ ਲੱਖ। ਅੱਜ ਵਾਲੀ ਪੌੜੀ ਦੂਸਰੀ ਪੌੜੀ ਆ, ਕਿਹੜੇ ਰਾਗ ਦੀ ਚੇਤਾ ਤਾਂ ਨਹੀਂ ਭੁੱਲ ਗਿਆ? ਕੱਲ੍ਹ ਕਿਹੜਾ ਪੜਿਆ ਸੀ? ਹਰ ਕਾ ਨਾਮ 'ਤੇ ਆਏ ਕੇ ਕਰਮ ਲਖਮ 'ਤੇ ਪਾਈਏ, ਕਿਹੜੀ ਰੁੱਤ ਦੱਸੀ ਸੀ? ਮਨੁੱਖਾਂ ਦੇ ਭਾਗਿਆ ਵੱਡਿਆਂ ਨਾਲ ਇਹ ਮਨੁੱਖਾਂ ਦੇ ਮਿਲੀ ਆ ਬਸੰਤ ਦੀ ਰੁੱਤ। ਉਸੇ ਇੱਕ ਵਿਚਾਰ ਹੁੰਦਾ ਹੈ ਪ੍ਰਮਾਣ ਅਤੇ ਦਾ ਪ੍ਰਮਾਣ, ਉਹ ਜਿਹੜਾ ਦੂਸਰਾ ਪ੍ਰਮਾਣ ਆ ਦਾ ਪ੍ਰਮਾਣ, ਇਹ ਕਹਿੰਦਾ ਵੀ ਬਸੰਤ ਦੀ ਰੁੱਤ ਦਾ ਜ਼ਿਕਰ ਗੁਰੂ ਨੇ ਤਾਂ ਕੀਤਾ ਵੀ 84 ਲੱਖ ਜੂਨੀ 'ਚ ਪੱਤਝੜ ਸੀ ਤੇਰੇ 'ਤੇ, ਕੋਈ ਪੱਤਾ ਨਹੀਂ ਸੀ ਨਿਕਲਦਾ, ਜੰਮਦਾ ਸੈਂ ਮਰ ਜਾਂਦਾ ਸੈਂ, ਐਸੀ ਸਮੇਂ ਦੀ ਮਾਰ ਪੈਂਦੀ ਸੀ। ਮਗਰ ਹੁਣ ਬਸੰਤ ਦੀ ਰੁੱਤ ਆ ਗਈ, ਮਨੁੱਖਾ ਦੇਹ ਆ ਗਈ, ਤੂੰ ਤਰ ਸਕਦਾ ਹੈ। ਹਰ ਕਾ ਨਾਮ 'ਤੇ ਆਏ ਕਿ ਹੋ ਕਰਮ ਲਖੰਤੇ ਪਾਈਏ ਰੁੱਤ, ਵੇਖ ਤੇਰੇ ਸਾਹਮਣੇ ਵਣ ਤ੍ਰਿਣ ਤ੍ਰੈਪਣ ਮੌਲਿਆ ਅੰਮ੍ਰਿਤ ਫਲ, ਇਹ ਸਾਰਾ ਕੁਝ ਤੇਰੇ ਸਾਹਮਣੇ ਵਾਪਰਨ ਲੱਗ ਪਿਆ, ਤੂੰ ਵੀ ਜਪਣਾ ਵਾਹਿਗੁਰੂ ਵਾਹਿਗੁਰੂ। ਅੱਜ ਦੂਸਰੀ ਪੌੜੀ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਦਣ ਤੂੰ ਹਰਿਆ ਭਰਿਆ ਹੋ ਜਾਏਗਾ ਨਾ ਤਾਂ ਤੈਨੂੰ ਬਿਮਾਰੀ ਨਹੀਂ ਕੋਈ ਲੱਗੂਗੀ। ਹਰੇ ਭਰੇ ਬੂਟੇ ਨੂੰ ਜਦੋਂ ਉਹਦੇ ਵਿੱਚ ਪਾਵਰ ਆ ਜਾਏ ਨਾ ਬੂਟੇ 'ਚ, ਤਾਂ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਫਿਰ ਆਪਣੇ ਆਪ 'ਚ ਹੀ ਬਚ ਜਾਂਦਾ। ਅੱਜ ਸਤਿਗੁਰੂ ਕਹਿੰਦੇ ਜਦੋਂ ਤੂੰ ਅੰਮ੍ਰਿਤ ਵੇਲੇ ਉੱਠੇਗਾ, ਇਸ਼ਨਾਨ ਕਰੇਗਾ, ਨਾਮ ਜਪੇਗਾ, ਅਤੇ ਪੰਜੇ ਬੱਧੇ ਜਿਹੜੇ ਮਾਂ ਬਲੀ ਨੇ ਨਾ, ਪੰਜ ਜਿਨ ਮਿਲ ਮਾਰੇ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ, ਉਹ ਪੂਰਾ ਹੈ ਕਲ ਯੁਗ ਵਿੱਚ। ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠਿਆ ਕਰ, ਇਹ ਪੰਜੇ ਬੱਧੇ ਜਾਣਗੇ। ਕਰ ਸੱਚਾ ਢੋਆ, ਢੋਆ ਆਸਰਾ, ਢੋ ਮਿਲ ਗਈ, ਆਸਰਾ ਮਿਲ ਗਿਆ, ਆਸਰਾ ਸੱਚੇ ਦਾ ਲਏਗਾ। ਹੁਣ ਜੇ ਤੂੰ ਦੁਨੀਆਂ ਵਿੱਚ ਵੇਖ, ਜੋ ਜੋ ਦੀਸੇ ਸੋ ਸੁਰੋਗੀ, ਜਿਹੜੇ ਲੋਕ ਇੱਕ ਦੇਹ ਦੇ ਕੋਲ ਜਾ ਕੇ ਗੁਰੂ ਮੰਨ ਕੇ ਬਹਿ ਗਏ ਨੇ, ਪਤਾ ਲੱਗਾ ਜੀ, ਜਿਹੜੇ ਲੋਕ ਗੁਰੂ ਮੰਨ ਕੇ ਬਹਿ ਗਏ ਨੇ, ਉਹ ਤਾਂ ਆਪ ਪੰਜਾਂ ਦੇ ਤੋਦਲੇ ਨੇ, ਨਹੀਂ ਪਤਾ ਲੱਗਾ ਕਿਹੜਾ ਮਨੁੱਖ ਇਸ ਧਰਤੀ 'ਤੇ ਜਿਹਦੇ ਅੰਦਰ ਕਾਮ ਨਹੀਂ, ਜਿਹਦੇ ਅੰਦਰ ਕ੍ਰੋਧ ਨਹੀਂ, ਜਿਹਦੇ ਅੰਦਰ ਲੋਭ ਨਹੀਂ, ਜਿਹਦੇ ਅੰਦਰ ਮੋਹ ਨਹੀਂ, ਅਹੰਕਾਰ ਨਹੀਂ, ਕੋਈ ਹੈ ਜੋ ਜੋ ਦੀਸੇ? ਅਤੇ ਫਿਰ ਰੋਗੀ ਵੈਦ ਕੋਲ ਜਾ ਕੇ ਤੁਸੀਂ ਰੋਗ ਨਹੀਂ ਖਤਮ ਕਰ ਸਕਦੇ।
ਰੋਗ ਰਹਿਤ ਮੇਰਾ ਇਹਦਾ ਆਸਰਾ ਤੱਕੋ ਤਾਂ ਕਿ ਤੁਹਾਡੇ ਅੰਦਰੋਂ ਉਹ ਚੀਜ਼ਾਂ ਮਿਟ ਸਕਣ ਜਿਹੜੀਆਂ ਇਹਦੇ 'ਚ ਨਹੀਂ ਹੈਗੀਆਂ। ਸੰਸਾਰ ਅੱਜ ਦੇਵੀਆਂ ਕੋਲ ਗਏ, ਉਹਨਾਂ ਦੇ ਵੀ ਕਿੱਸੇ ਬੜੇ ਸੁਣੇ, ਸੁਣੇ ਕਿ ਨਹੀਂ ਬੋਲੋ, ਦੇਵਤਿਆਂ ਦੇ ਵੀ ਕਿੱਸੇ, ਪਾਗਲ ਹੋ ਗਏ। ਇੰਦਰ ਦੇਵਤਾ ਸਭ ਤੋਂ ਵੱਡਾ ਦੇਵਤਾ ਮੰਨਿਆ ਹੈ, ਗੌਤਮ ਤਪਾ ਅਹਿਲਿਆ ਤਿਸ ਦੇਖ ਇੰਦਰ ਸਹਿ ਸਰੀਰ ਚੇਨ ਪੱਗ ਹੋਏ ਤਾਮਨ ਪਛੋਤਾਇਆ। ਜੇ ਏਡੇ ਵੱਡੇ ਇੰਦਰ ਵਰਗੇ ਦੇਵਤੇ ਵੀ ਕਾਮ ਦਾ ਸ਼ਿਕਾਰ ਨੇ ਤੇ ਤੁਸੀਂ ਇਹਨਾਂ ਦੀ ਆਰਾਧਨਾ ਕਰਕੇ ਕਾਮ ਤੋਂ ਨਹੀਂ ਬਚ ਸਕਦੇ। ਦੇਵੀਆਂ ਦੇਵਤੇ ਪੀਰ ਪਕੰਬਰ ਸਭ ਪਗਲ ਕਰਤੇ ਕਾਮ ਨੇ, ਇੱਕੋ ਹੀ ਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਮਰਦ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ, ਐਸਾ ਮਰਦ ਵੀ ਹੈ ਧਰਤੀ ਤੇ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ, ਪੰਜੇ ਦੂਤ ਕੀਤੇ ਵਸ ਛਿੱਕੇ, ਐਸਾ ਵੀ ਸਤਿਗੁਰੂ ਹੈ। ਆਪਣੇ ਚਰਨ ਜਪਾਈ ਅੰਨ ਵਿੱਚ ਦਏ ਖੜੋਵਾ, ਉਹ ਵਾਹਿਗੁਰੂ ਪਰਮੇਸ਼ੁਰ ਵਿੱਚ ਆਪ ਜ਼ਿੰਦਗੀ ਦੇ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਕਰਤਾ ਪੁਰਖ ਖਲੋਵੇ, ਕਰਤੇ ਤੋਂ ਬਿਨਾਂ ਦੂਸਰਾ ਕਰੈਕਟਰ ਨਾ ਕੋਈ ਹੋਵੇ। ਪਤਾ ਨਹੀਂ ਹੁਣ ਤੁਸੀਂ ਕਿੱਥੋਂ ਲੱਸਦੇ ਹੋ, ਕਿਸ ਲੈਵਲ ਤੋਂ ਲੈਂਦੇ ਹੋ। ਦਸਰਾ ਤਾਂ ਆਪਣੀ ਭਾਵਨਾ ਨਾਲ ਜਿੰਨਾ ਮੈਨੂੰ ਗੁਰੂ ਨੇ ਤਾਣ ਦਿੱਤਾ ਹੈ ਤੁਹਾਨੂੰ ਦੱਸਣਾ ਚਾਹੁੰਦਾ ਹੈ। ਬੰਦੇ ਦੀ ਸ਼ਰਨ ਵਿੱਚ ਨਾ ਜਾਇਓ। ਬੰਦਾ ਭਾਵੇਂ ਤੁਸੀਂ ਉਹਨੂੰ ਕਹੋ ਜੀ ਅਤੇ ਰੱਬ ਆ ਜੀ, ਇਹ ਫਲਾਣ ਆ ਜੀ, ਇਹ ਫਲਾਣ, ਨਾ 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 ਨਾ। ਜਿੱਦਣ ਆਸਰਾ ਮਨੁੱਖ ਕੀ ਟੇਕ, ਜਦੋਂ ਲਿਖ ਦਿੱਤਾ ਸਰਕਾਰ ਨੇ ਵੀ ਬੰਦੇ ਦਾ ਆਸਰਾ ਭਾਵੇਂ ਉਹ ਕਿੱਡਾ ਵੱਡਾ ਸੰਤ ਆ ਮਹਾਤਮਾ ਵਾ, ਉਹਦਾ ਆਸਰਾ ਵਿਅਰਥ ਆ, ਫੇਲ ਹੋ ਜਾਏਗਾ। ਮਗਰ ਜਦੋਂ ਜ਼ਿੰਦਗੀ ਬੀਤ ਗਈ, ਹੁਣ ਤਾਂ ਪਛਤਾ ਗਿਆ, ਹੁਣ ਪਛਤਾ ਪਛੋਤਾਵਾ ਨਾ ਮਿਲੇ ਕਦੋਂ, ਜਬ ਚੁੱਕੇਗੀ ਸਾਰੀ, ਜਦੋਂ ਸਾਰੀ ਉਮਰ ਤੇਰੀ ਬੀਤ ਗਈ ਫਿਰ ਪਛਤਾਵਾ ਕਰੇਗਾ। ਹੈ ਮੇਰੀ ਇਹ ਜਿੰਦੇ, ਮੈਂ ਗੁਰੂ ਗ੍ਰੰਥ ਸਾਹਿਬ ਦੀ ਮੰਨ ਲੈਂਦਾ, ਮੈਂ ਬੰਦੇ ਦੇ ਆਸਰੇ 'ਚ ਨਾ ਜਾਂਦਾ। ਮਗਰ ਅੱਜ ਭੀੜਾਂ ਲੱਗੀਆਂ, 500 ਬੱਸ ਲੱਗੀ ਹੈ ਜਲੰਧਰ ਦੇ ਕੋਲ ਬਿਆਸ ਵਾਲੇ ਡੇਰੇ 'ਤੇ, ਉਹ ਲੋਕ ਵਿਚਾਰੇ ਢੋ ਹੀ ਰਹੇ ਆ। ਆਖੋ ਵਾਹਿਗੁਰੂ, ਸਤਸੰਗ ਵਿੱਚ ਚੱਲੇ ਜੀ, ਸਤਸੰਗ ਵਿੱਚ ਚੱਲੇ, ਕਹਿੰਦੇ ਕਿ ਨਹੀਂ ਬੋਲੋ ਨਾ, ਸਤਸੰਗ ਲਿਖਿਆ। ਸਤਸੰਗ ਕਿੱਥੋਂ ਹੋ ਗਈ, ਦੇਹ ਤਾਂ ਝੂਠੀ ਆ, ਅਤੇ ਸੰਗਤ ਕਰਨ ਚੱਲਿਓ ਦੇਹ ਦੀ, ਦੇਹ ਕਿਤਨਾ ਸੱਚ ਹੋ ਗਈ, ਨਹੀਂ ਪਤਾ ਲੱਗ ਰਿਹਾ ਜੀ। ਦੇਹ ਤਾਂ ਸੱਚ ਹੋ ਹੀ ਨਹੀਂ ਸਕਦੀ, ਅੱਜ ਹੈਗੀ ਕੱਲ੍ਹ ਨਹੀਂ। ਸੱਚ ਦੀ ਤਾਂ ਪਰਿਭਾਸ਼ਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ 550 ਸਾਲ ਤੋਂ, ਨਾ ਉਹ ਬੁੱਢਾ ਨਾ ਉਹ ਬਾਲਾ, ਸਹਿ ਮੇਰਾ ਨੀਤ ਨਵਾਂ। ਤੁਸੀਂ ਪਕੜਨ ਦੀ ਕੋਸ਼ਿਸ਼ ਕਰੋ, ਮੈਂ ਕਿਸੇ 'ਤੇ ਅਟੈਕ ਨਹੀਂ ਕਰ ਰਿਹਾ। ਮੇਰੀ ਦ੍ਰਿਸ਼ਟੀ ਵਿੱਚ ਕੋਈ ਰਾਧਾ ਸਵਾਮੀ ਆ ਅਤੇ ਉਹ ਤੁਹਾਡੀ ਅਤੇ ਮੇਰੀ ਦੇਣ ਆ। ਜੇ ਕੋਈ ਸਿੱਖ ਈਸਾਈ ਬਣਿਆ ਤਾਂ ਉਹ ਤੁਹਾਡੀ ਅਤੇ ਮੇਰੀ ਦੇਣ ਆ। ਸਾਡਾ ਰੁੱਖਾਪਨ ਸਾਡੇ ਗੁਰੂ ਘਰਾਂ ਦੇ ਵਿੱਚ ਉਹ ਉਪਦੇਸ਼ ਨਾ ਦੇਣਾ ਜਿਹੜਾ ਜ਼ਿੰਦਗੀ ਨੂੰ ਸਹੀ ਰਾਹ ਵਿਖਾ ਸਕੇ। ਇੱਧਰ ਉੱਧਰ ਦੀਆਂ ਸਟੋਰੀਆਂ ਸੁਣਾਉਣੀਆਂ, ਉਹਨਾਂ ਨੂੰ ਰਸ ਨਾ ਆਇਆ, ਉਹ ਭੱਜ ਗਿਆ ਵਿਚਾਰੇ, ਕੋਈ ਸਰਸੇ ਵੱਲ ਭੱਜ ਗਿਆ, ਕੋਈ ਕਿਤੇ ਭੱਜ ਗਿਆ। ਹਰ ਜੀਵ ਆਤਮਾ ਧਰਮ ਦੀ ਭੁੱਖੀ ਆ, ਗਿਆਨ ਦੀ ਭੁੱਖੀ ਆ। ਅਸੀਂ ਉਹੋ ਜਿਹੇ ਤੋਦਲੇ ਹੱਥਾਂ 'ਚ ਰੱਖੇ ਜਿਹਨਾਂ ਛਣਕੇ ਛੈਣੇ ਛਣਕਾਉਂਦਿਆਂ ਦੇ ਵਿੱਚੋਂ ਨਿਕਲਿਆ ਕੁਛ ਨਹੀਂ। ਅਗਲਿਆਂ ਨੇ ਆਖਿਆ ਅਸੀਂ ਦੱਸਦੇ ਤੁਹਾਨੂੰ ਅਗਲਾ ਰਾਹ, ਇਹੋ ਹੀ ਆਖਿਆ ਬੋਲੋ, ਅਤੇ ਉਹ ਲੋਕ ਵਿਚਾਰੇ ਉੱਧਰ ਨੂੰ ਭੱਜ ਗਏ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਜਿੱਦਣ ਵਿੱਚ ਕਰਤਾ ਪੁਰਖ ਖਲੋਂਦਾ ਹੈ ਫਿਰ ਆਪਣੇ ਚਰਨ ਜਪਾਈਆਂ ਵਿੱਚ ਦਈ ਖੜੋਆ, ਆਪ ਮਾਲਕ ਬਣ ਕੇ ਖਲੋ ਜਾਂਦਾ। ਅੱਗੇ ਜਾ ਕੇ ਕਹਿੰਦੇ ਜਿੱਦਣ ਕਿਤੇ ਵਿੱਚ ਖਲੋਂਦਾ ਹੈ ਨਾ ਫਿਰ ਰੋਗ ਸੋਗ ਸਭ ਮਿਟ ਗਏ। ਬੋਲੋ,
ਸਾਰੇ ਚੇਤਾ ਰੱਖਿਓ, ਭਰੋਸਾ ਕਰਿਓ, ਸਿਮਰਨ ਕਰਨ ਵਾਲੇ ਦੇ ਰੋਗ ਸੋਗ ਨਿਤ ਨਵਾਂ ਨਰੋਆ ਨਿਤ। ਅੱਗੇ ਬੜੇ ਸੋਹਣੇ ਬਚਨ, ਦਿਨ ਰਹਿਣ ਨਾਮ ਧਿਆਏ ਦਾ ਜਨ, ਰਾਤ ਦਿਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਿਤ ਗੁਰੂ ਜਾਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਦਿਨ ਰਹਿਣ ਨਾਮ ਤੇ ਆਏਗਾ। ਕਮਾਲ ਦੀ ਗੱਲ ਆ, ਫਿਰ ਫਿਰ ਆਵਣ ਜਾਣ ਨਾ ਹੋਈ, ਏਕੋ ਏਕ ਜਪੋ ਜਪ ਸੋਈ। ਇੱਥੇ ਵੀ ਕਹਿੰਦੇ ਫਿਰ ਪਾਏ ਨਾ ਮੋਆ, ਇਸ ਚੱਕਰ 'ਚ ਨਹੀਂ ਪਏਗਾ ਤੂੰ, ਜੰਮ ਗਿਆ ਮਰ ਗਿਆ, ਜੰਮ ਗਿਆ ਮਰ ਗਿਆ, ਇਸ ਚੱਕਰ 'ਚੋਂ ਬਾਹਰ ਆ ਜਾਏਗਾ ਜਦੋਂ ਦਿਨ ਰਹਿਣ ਨਾਮ ਤੇ ਆਏਗਾ। ਅੱਗੇ ਸੋਹਣੇ ਬਚਨ ਕਹਿ ਕੇ ਕਹਿੰਦੇ ਪ੍ਰਾਪਤੀ ਕੀ ਹੋਊਗੀ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਣਕ 'ਚੋਂ ਪੈਦਾ ਹੋਈ ਕਣਕ, ਇੱਕ ਦਿਨ ਕਣਕ ਬਣ ਜਾਂਦੀ। ਗੁਲਾਬ 'ਚੋਂ ਪੈਦਾ ਹੋਏ ਗੁਲਾਬ ਬਣ ਜਾਂਦੀ। ਇਸੇ ਤਰ੍ਹਾਂ ਜਿਹੜੀ ਚੀਜ਼ ਵਿੱਚੋਂ ਕੋਈ ਚੀਜ਼ ਪੈਦਾ ਹੁੰਦੀ, ਇੱਕ ਦਿਨ ਸਿਰੇ 'ਤੇ ਜਾ ਕੇ ਉਹ ਹੀ ਚੀਜ਼ ਬਣ ਜਾਂਦੀ, ਬਸ਼ਰਤੇ ਉਹ ਜੁੜੀ ਰਵੇ, ਬਸ਼ਰਤੇ ਗੱਜ ਕੇ ਬੋਲੋ ਨਾ, ਤਾਂ ਹੀ ਬਣੂਗੀ ਨਾ। ਅਸੀਂ ਵੀ ਜਿਸ ਤਰ੍ਹਾਂ ਕਣਕ ਜੁੜੀ ਰਹੀ ਅਤੇ ਸਿੱਟਾ ਨਿਕਲਿਆ, ਅਤੇ ਜੇ ਕਣਕ ਵਿਚਾਰੀ ਦੋ ਕੁ ਦਿਨ ਉੱਗ ਕੇ ਵੱਡੀ ਹੋ ਕੇ ਇੱਧਰ ਉੱਧਰ ਨੂੰ ਭੱਜ ਜਾਏ ਅਤੇ ਸਿੱਟਾ ਨਹੀਂ ਨਿਕਲਣਾ, ਹਰੀ ਭਰੀ ਕੋਈ ਰੱਖ ਸਕਦਾ ਹੈ? ਆਖੋ ਵਾਹਿਗੁਰੂ, ਹਰੀ ਭਰੀ ਕੋਈ ਰੱਖ ਸਕਦਾ ਹੈ। ਮਗਰ ਉਹ ਕਣਕ ਨਹੀਂ ਬਣਨੀ, ਕਣਕ ਉਹ ਬਣੂਗੀ ਜਿੱਥੇ ਜਿੱਥੇ ਬੀਜ ਪਿਆ ਉੱਥੇ ਖਲੋਤੀ ਰਹੀ। ਮੇਰੇ ਸਾਹਿਬ ਵੀ ਕਹਿੰਦੇ ਜਿਹੜਾ ਵਾਹਿਗੁਰੂ ਨਾਲ ਜੁੜ ਗਿਆ, ਇੱਕ ਦਿਨ ਵਾਹਿਗੁਰੂ ਦਾ ਰੂਪ ਹੋ ਗਿਆ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਉਹ ਲਾਣਾ 'ਚ ਤਾਰੇ ਉਹ ਇੱਕ ਦੀਵਾਨ ਬਾਕੀ ਹੈ, ਕੱਲ੍ਹ ਫਿਰ ਆਪ ਜੀ ਦੇ ਦਰਸ਼ਨ ਦੀਦਾਰ ਹੋਣਗੇ। ਅਨੰਦਪੁਰ ਸਾਹਿਬ 14-15-16 ਨੂੰ ਸ੍ਰੀ ਅਖੰਡਪੁਰ ਸਾਹਿਬ ਪੰਥ ਵੱਲੋਂ ਧਰਿਆ ਗਿਆ ਹੈ, ਉਹਦੇ ਵਿੱਚ ਤਿੰਨੇ ਦਿਨ ਰਾਤ ਨੂੰ ਕਥਾ ਵੀ ਹੋਊਗੀ, 14 ਦੀ ਸ਼ਾਮ ਨੂੰ, 15 ਦੀ ਸ਼ਾਮ ਨੂੰ, 16 ਦੁਪਹਿਰੇ ਹੋਊਗੀ। ਜੇ ਤੁਹਾਡੇ 'ਚੋਂ ਕਿਸੇ ਕੋਲ ਸਤਿਗੁਰੂ ਉਦਮ ਬਖਸ਼ਣ, ਵਕਤ ਬਖਸ਼ਣ, ਉੱਥੇ ਆਪ ਜੀ ਦਰਸ਼ਨ ਦੀਦਾਰ ਕਰ ਸਕਦੇ ਹੋ। ਝਾੜੂ ਮਾਰੋ ਆਣ ਕੇ ਕੇਸਗੜ੍ਹ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅਸੀਂ ਸਾਂਭੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।